ਪੰਜਾਬੀ ਸ਼ੌਂਕੀ ਕਬੂਤਰਾਂ ਦੇ YouTube ਚੈਨਲ ਦੇਖਣ ਵਾਲੇ ਸਾਡੇ ਸਾਰੇ ਵੀਰਾਂ ਨੂੰ ਅਸਲਾਮੁ ਅਲੈਕਮ ਅਤੇ ਮੇਰੇ ਚੜ੍ਹਦੇ ਪੰਜਾਬ ਵਾਲੇ ਮਿੱਤਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਸਾਰੇ ਜੀ ਭਰਾ ਕਬੂਤਰ ਬਾਸ਼ਕੀਨ ਬੜੇ ਇਕੱਠੇ ਹੋਏ ਹਾਂ। 106 ਚੱਕ ਫਰਾਲਾ, ਤਹਿਸੀਲ ਜੜ੍ਹਾਂ ਵਾਲਾ, ਜ਼ਿਲ੍ਹਾ ਫੈਸਲਾਬਾਦ। ਉੱਥੇ ਦਾ ਮੇਰਾ ਬੜਾ ਹੀ ਪਿਆਰਾ ਯਾਰ, ਤੁਹਾਨੂੰ ਮੈਂ ਅੱਗੇ ਦੱਸਿਆ ਵੀ ਰਹਿੰਦਾ ਸੋਧੀ ਰਵਾ, ਕਬੂਤਰਬਾਜ਼ੀ ਆ ਜਿਹੜੀ ਉਹ ਉੱਥੇ ਬਹਿ ਕੇ ਆਪਣੇ ਸ਼ਾਗਿਰਦਾਂ ਨੂੰ ਆਪਣੇ ਯਾਰਾਂ ਭਰਾਵਾਂ ਨਾਲ ਗੱਲਾਂ ਬਾਤਾਂ ਕਰਦਾ। ਅਤੇ ਅੱਜ ਮੌਕਾ ਆਇਆ ਵੀ ਪਾਕਿਸਤਾਨ ਆਇਆ, ਅਸੀਂ ਇਕੱਠੇ ਹੋਏ ਹਾਂ ਸਾਰੇ ਭਰਾ, ਦੇਖ ਲਓ ਤੁਸੀਂ ਸਾਰੇ ਚੀਦੂਰਾ, ਅਸੀਂ ਗੱਲਾਂ ਬਾਤਾਂ ਕਰਾਂਗੇ। ਮੁਹੰਮਦ ਸਜਾਦ ਉਰਫ ਚੀਦੂ ਦੇ ਨਾਂ ਤੋਂ ਜ਼ਿਆਦਾ ਬੰਦੇ ਜਾਣਦੇ ਆ, ਬੜੀ ਮਾਸ਼ਾਅੱਲਾ ਦੇਸੀ ਗੱਲਾਂ, ਸਿੱਧਾ ਸ਼ਿਕਾਰ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ, ਕੀ ਹਾਲ ਚਾਲ ਹੈ ਭਾਈ ਜਾਨ? ਠੀਕ ਭਾਈ ਸਿਆਰ, ਅੱਲਾ ਦਾ ਸ਼ੁਕਰ। ਗੱਲਾਂ ਹੁੰਦੀਆਂ ਤਾਂ ਬੜੀਆਂ, ਹੋ ਗਿਆ 4 ਸਾਲ, ਇੱਦਾਂ ਅੱਜ ਸਾਨੂੰ ਫਸ ਗਿਆ ਹੈ। ਟੈਨਸ਼ਨ ਨਹੀਂ ਕੋਈ ਨਹੀਂ। ਕਬੂਤਰਬਾਜ਼ੀ ਦਾ ਸ਼ੌਕ ਆ ਜਿਹੜਾ, ਹਾਂਜੀ, ਉਹ ਕਿਹਦੇ ਵੱਲ ਦੇਖ ਕੇ ਪਿਆ ਸੀ, ਕਦੋਂ ਪਿਆ ਸੀ? ਸੇਲ ਭਾਈ, ਕਬੂਤਰਬਾਜ਼ੀ ਦਾ ਸ਼ੌਕ ਆ ਨਾ, ਕਮ ਸੇ ਕਮ 16-17 ਸਾਲ ਹੋ ਗਏ ਆ। ਅੱਛਾ, ਇੱਥੇ ਨਾਲ ਦਾ ਗਵਾਂਢੀ ਆ, ਇਹਨੇ ਸਾਡੇ ਸਾਹਮਣੇ ਹਵੇਲੀ ਕਬੂਤਰ ਰੱਖੇ ਹੁੰਦੇ। ਅੱਛਾ, ਕੀ ਨਾਮ ਕੀ ਆ ਉਹਦਾ? ਮੁੰਡੇ ਦਾ ਨਾਮ ਬੂਬਾ। ਅੱਛਾ, ਠੀਕ ਆ। ਉਹਨਾਂ ਹਵੇਲੀ ਰੱਖੇ ਦੇ ਸੀ ਤੇ ਉਹ ਡਾਂਦੇ ਹੁਣ ਨਾਲ, ਅਸੀਂ ਵੀ ਡਾਂਦੇ ਸੀ। ਅੱਛਾ, ਠੀਕ ਆ। ਸਕੂਲੇ ਸਕਾਲ ਜਾਂਦੇ ਸੀ ਉਦੋਂ? ਮੈਂ ਸਕੂਲੇ ਜਾਣਾ ਹੈ। ਅੱਛਾ, ਜਿਹੜਾ ਪਹਿਲਾ ਕਬੂਤਰ ਇਹਦੇ ਕੋਲ, ਮੈਂ ਦਾਣੇ ਵੇਚ ਕੇ 50 ਰੁਪਏ ਦਾ ਲਿਆ ਕਬੂਤਰ। ਅੱਛਾ, ਦਾਣੇ ਵੇਚ ਕੇ 50 ਰੁਪਏ ਦਾ ਕਬੂਤਰ ਲਿਆ ਤੇ ਬੁੜੇ ਕੋਲ ਲਿੱਤਾ ਨਹੀਂ ਪਿਆ? ਬਹੁਤ ਕੁੱਟ ਪੈਂਦੇ ਸੀ। ਅੱਛਾ, ਉਹ ਬੁੜੇ ਨੇ ਇੱਕ ਵਾਰੀ ਸਾਰੇ ਹਲਾਲ ਕਬੂਤਰ ਕਰ ਦਿੱਤੇ। ਅੱਛਾ, ਠੀਕ ਹੈ ਨਹੀਂ, ਜਦੋਂ ਪਹਿਲੀ ਵਾਰੀ ਲਿਆ 25 ਰੁਪਏ ਲਿਆ ਮੁੱਲ ਦਾ ਲਿਆ। ਅੱਛਾ, ਤੇ ਉਹ ਕਿੱਦਾਂ ਦਾ ਸੀ ਕਬੂਤਰ? ਖੱਟੀਆਂ ਅੱਖਾਂ ਦਾ ਧੌਣ ਤੇ ਜਾਉ, ਇਹ ਮੋਮੀ ਚੋਹਿੰਦਾ ਸੀ ਉਹਦੇ। ਬਸ ਵੈਸੇ ਮੈਂ ਨਿਆਣਾ ਹੀ ਸ਼ੌਕ ਤੋਂ ਆਹੋ ਸ਼ੇਰ ਮਾਰਨ ਵਾਸਤੇ ਲਿਆ ਸੀ। ਠੀਕ ਆ, ਏਦਾਂ ਹੀ ਫਿਰ ਕਰਦੇ ਕਰਦੇ ਸ਼ੌਕ ਪੈ ਗਿਆ। ਠੀਕ ਆ, ਜਦੋਂ ਘਰ ਕਬੂਤਰ ਰੱਖੇ ਆ, ਹਾਂਜੀ, ਉਹ ਕਿੰਨੀ ਉਮਰ ਸੀ ਜਦੋਂ ਰੱਖੇ ਆ? ਬਾਜ਼ੀਆਂ ਕਦੋਂ ਛੱਡਣੀਆਂ ਸ਼ੁਰੂ ਕੀਤੀਆਂ? ਇਹ ਮੇਰਾ ਖਿਆਲ 2012 ਦੀ ਗੱਲ ਹੈ, ਤਾਂ ਮੈਂ ਬਾਜ਼ੀ ਛੱਡੀ ਪਹਿਲੀ, ਜਿਹੜਾ ਇੱਥੇ ਨਾ 2012 ਚ ਪਹਿਲੀ ਬਾਜ਼ੀ ਜਿਹੜੀ ਛੱਡੀ ਆ। ਹਾਂਜੀ, ਕਿੱਥੇ ਛੱਡੀ ਸੀ? ਪਿੰਡ ਛੱਡੀ ਸੀ ਕਿ ਬਾਹਰ ਜਾ ਕੇ ਛੱਡੀ? ਇਸ ਪਿੰਡ ਛੱਡੀ ਆਪਣੇ 106 ਚ। ਹਾਂਜੀ, ਅੱਛਾ, ਉਹ ਦੜਾ ਸੀ ਕਿ ਕੈਰੀ ਬਾਜ਼ੀ ਸੀ? ਕੈਰੀ ਬਾਜ਼ੀ, ਮੈਂ ਤੁਹਾਨੂੰ ਗੱਲ ਦੱਸਦਾ। ਅੱਛਾ, ਇੱਥੇ ਆ ਮੁੰਡਾ ਮਕਰਮ ਮੁਗਲ। ਅੱਛਾ, ਉਹਨੇ ਬਾਜ਼ੀ ਲਾਈਆਂ ਸੀ ਮੁੰਡਾ ਕਿ ਤਾਹਰ 4 ਚੱਕ ਦਾ ਉਹਦੇ ਨਾਲ। ਠੀਕ ਆ, ਉਹਨਾਂ ਨੇ ਪਹਿਲੀ ਬਾਜ਼ੀ ਛੱਡੀ, ਉਹ ਹਾਰ ਗਈ, ਦੂਸਰੀ ਬਾਜ਼ੀ ਛੱਡੀ ਹਾਰ ਗਈ, ਤੀਸਰੀ ਛੱਡੀ ਉਹ ਫੇਰ ਹਾਰ ਗਏ। ਅੱਛਾ, ਉਹ ਸਾਰੇ ਮੁਗਲ ਸੀ, ਮੈਂ ਵਿੱਚ ਰਾਜਪੂਤਾਂ ਦਾ ਮੁੰਡਾ ਸੀ, ਮੈਂ ਉਹਦੀ ਪਾਰਟੀ ਦਾ। ਤੇ ਮੈਨੂੰ ਨਾ ਕਿ ਜੋਸ਼ ਆਣਾ ਕਿ ਯਾਰ ਕਰਨਗੇ ਦੇ ਆ, ਸ਼ਿਕਾਰ ਸਾਡੇ ਕੋਲ ਹੈਗਾ ਵਾ। ਅੱਛਾ, ਕਿਉਂਕਿ ਤੇ ਇਹ ਕਰਨਗੇ ਦੇ ਆ। ਅੱਛਾ, ਤੈਨੂੰ ਗੁੱਸਾ ਚੜ੍ਹ ਵੀ ਹਾਰ ਗਏ? ਗੁੱਸਾ ਚੜ੍ਹੇ ਨਾ, 3 ਹਾਰ ਗਏ। ਅੱਛਾ, ਸਾਡੇ ਪਿੰਡ ਇੱਕ ਮੁੰਡਾ ਸੀ ਅਫਜ਼ਲ ਮਾਨ, ਮੈਂ ਉਹਨੂੰ ਕਿਹਾ ਯਾਰ ਤੇਰੀ ਮਿਹਰਬਾਨੀ, ਤੂੰ ਨਾ ਮੈਨੂੰ ਕਿਤੇ ਇੱਕ ਦਾ ਕਬੂਤਰ ਕਿਸੇ ਕੋਲ ਲੈ ਕੇ ਦੇ, ਭਾਵੇਂ 2 ਘੰਟੇ ਉੱਡਦਾ ਹੋਵੇ, ਉਹਨੂੰ ਕਬੂਤਰ ਲੈ ਦੇ। ਠੀਕ ਆ, ਉਹ ਭਾਈ ਦੁਪਹਿਰ ਮੈਂ ਨਾ ਉਹਨੂੰ ਉੱਥੋਂ ਚੁੱਕਿਆ ਉਹਦੇ ਘਰੋਂ, ਅਫਜ਼ਲ ਮਾਨ ਆ ਮੁੰਡਾ। ਅੱਛਾ, ਤੇ ਡਾਕਟਰ ਕਾਲਾ ਨੇ ਹਾਜੀ ਜੁੱਫੇ ਦਾ ਸ਼ਗੀਰਦ, ਇਹਦੇ ਕੋਲ ਚੱਲ ਗਏ। ਇਹਨੇ ਮੈਨੂੰ 9 ਚੱਕ ਖੜਿਆ, 9 ਚੱਕ ਮਜਾਜਾਂ ਵਾਲੇ, ਉੱਥੇ ਇੱਕ ਮੁੰਡਾ ਰਾਸ਼ਾ ਵਾ ਮੀਆਂ ਬਰਾਦਰੀ ਦਾ। ਅੱਛਾ, ਉਹਦੇ ਕੋਲ ਮੈਂ ਕਬੂਤਰ ਲੈ ਦਿੱਤਾ। ਠੀਕ ਆ, ਜਦੋਂ ਕਬੂਤਰ ਲੈ ਦਿੱਤਾ ਨਾ, ਉਹ ਕਹਿੰਦਾ ਕਬੂਤਰ ਪਾਣੀ 'ਤੇ ਜਾਂਦਾ, 2-3 ਘੰਟੇ ਫਿਰਦਾ ਤੇ ਅਗਰ ਛੱਪੜ 'ਚ ਬਹਿੰਦਾ ਵਾ। ਕਹਿੰਦਾ ਯਾਰ ਤੇਰੀ ਮਿਹਰਬਾਨੀ, ਮੈਨੂੰ ਇਹ ਛੱਪੜ ਵਾਲੇ ਦੇ ਦੇ, ਮੈਂ ਹਾਂ ਡਾ ਲਊਂਗਾ। ਠੀਕ ਆ, ਉਹ ਬਾਬਾ ਉਸਤਾਦ ਫੜ ਲਿਆ ਸੀ ਉਦੋਂ? ਉਦੋਂ ਮੈਂ ਉਸਤਾਦ ਨਹੀਂ ਫੜਿਆ, ਲੇਕਿਨ ਉਸਤਾਦ ਨੇ ਮੈਨੂੰ ਪੁੱਤਾਂ ਤਰ੍ਹਾਂ ਰੱਖਿਆ, ਮੈਨੂੰ ਉਸਤਾਦ ਹਰ ਸ਼ਾਇਦ ਦੱਸਦਾ ਹੈ। ਠੀਕ ਆ, ਤੁਹਾਡੇ ਉਸਤਾਦ ਦਾ ਨਾਮ ਕੀ ਹੈ? ਮੇਰਾ ਉਸਤਾਦ ਲਾਲਾ ਅਰਫ 65 ਚੱਕ ਵਾਲਾ। ਅੱਛਾ, ਹਾਂਜੀ, ਇਹ ਲਾਗੇ ਪਿੰਡ ਆ ਵਗਾ ਦੇ ਨਾਲ ਹੀ 65 ਚੱਕ ਆ। ਹੈਗੇ ਆ ਉਸਤਾਦ? ਨਹੀਂ, ਉਸਤਾਦ ਫੌਤ ਹੋ ਗਿਆ, 5-6 ਮਹੀਨੇ ਹੋ ਗਿਆ ਫੌਤ ਹੋ ਗਿਆ। ਅੱਛਾ ਜੀ, ਉਹ ਸੇਲ ਭਾਈ ਮੈਂ ਕਬੂਤਰ ਲੈ ਦਿੱਤਾ, ਤੇ ਇਹ ਮੈਂ ਕਬੂਤਰ ਡਾਇਆ ਲਿਆ ਕੇ ਉਹ ਜਾ ਕੇ ਮਨਾਰ ਤੇ ਬਹਿ ਗਿਆ। ਅੱਛਾ, 2 ਘੰਟੇ ਫਿਰਿਆ ਉੱਥੇ ਮਨਾਰ ਦੀ ਨਾ, ਉਹ ਗੁੰਮਤੀ ਚਮਕੇ, ਉਹ ਫਿਰ ਉੱਥੇ ਆ ਕੇ ਬਹਿ ਗਿਆ, ਕਿ ਪਾਣੀ ਦੀ ਉਹਨੂੰ ਝਾਕ ਪਈ। ਆਹੋ, ਜਾ ਕੇ ਬਹਿ ਗਿਆ ਉੱਥੇ ਆ ਕੇ ਬਹਿ ਗਿਆ। ਤੇ ਉਸ ਤੋਂ ਅਗਲੇ ਦਿਨਾਂ ਦੀ ਬਾਜੀ ਇਹਨਾਂ ਨੂੰ ਫੇਰ ਡਾਇਓ, ਬਾਜੀ ਫੇਰ ਹਾਰ ਗਏ। ਅੱਛਾ, ਜਦੋਂ ਬਾਜੀ ਫੇਰ ਹਾਰ ਗਏ ਨਾ, ਤੇ ਉਸ ਤੋਂ ਬਾਅਦ ਮੈਂ ਕਬੂਤਰ ਫੇਰ ਗੇੜਾ ਵਾਦੇ ਛੱਡਿਆ, ਉਹ ਜਾ ਕੇ ਫੇਰ ਮਨਾਰ ਤੇ ਬਹਿ ਗਿਆ। ਅੱਛਾ, ਜਦੋਂ ਸ਼ਾਮ ਪਈ ਨਾ, ਮੁੰਡਾ ਕਿ ਤਾਂ ਮੈਂ ਜੱਟ ਆ, ਉਹਦੇ ਬੈਠ ਕੇ ਸਾਰੇ ਬੈਠੇ ਸੀ ਆਪਣੀ ਬਰਾਦਰੀ, ਉਹ ਆਪਣੀ ਪਾਰਟੀ। ਹਾਂ, ਤੇ ਉੱਥੇ ਕਾਸਮ ਜੜਦੀ ਹਵੇਲੀ ਨਾ, ਉਹ ਬੰਦੇ ਬਾਅਦ ਸ਼ੋਰ ਸ਼ਰਾਬਾ ਕਰਦੇ ਪਏ। ਅੱਛਾ, ਹੁਣ ਮੇਰੀ ਜਿਹੜੀ ਪਾਰਟੀ ਮਾੜੀ ਸੀ, ਇਹ ਬੋਲਦੀ ਨਹੀਂ, ਉਹ ਮੈਂ ਭਾਈ ਉਹਨਾਂ ਤੋਂ ਉੱਠਿਆ, ਉੱਥੇ ਕੰਨ ਟੱਪ ਕੇ ਉਹਨਾਂ ਦੇ ਘਰ ਚਲ ਗਿਆ। ਮੈਂ ਕਿਹਾ ਮੇਰੀ ਗੱਲ ਸੁਣੋ, ਤੁਸੀਂ ਤੁਹਾਨੂੰ ਮੇਰਾ ਚੈਲੰਜ ਆ, ਅੱਗੇ ਤੁਸੀਂ ਜਿਹੜੀਆਂ ਬਾਈਆਂ ਜਿੱਤਣੀਆਂ ਜਿੱਤ ਲਈਆਂ, ਤੁਹਾਨੂੰ ਮੇਰਾ ਚੈਲੰਜ ਆ, ਅਗਰ ਤੁਸੀਂ ਮੇਰਾ ਕਬੂਤਰ ਢਾਓ ਤਾਂ ਮੈਂ ਤੁਹਾਨੂੰ ਅੱਬੂ ਜੀ ਕਹਾਂਗਾ।
ਅੱਛਾ ਕਹਿੰਦਾ ਤੁਸੀਂ ਕਿਹੜਾ ਕਬੂਤਰ ਛੱਡ, ਤੂੰ ਕਿਹੜਾ ਕਬੂਤਰ ਛੱਡਣਾ? ਅੱਛਾ ਮੈਂ ਕਿਹਾ ਜਿਹੜਾ ਮੇਰਾ ਕਬੂਤਰ ਮਸੀਤ ਦੀਆਂ ਚੁੰਮੀਆਂ ਲੈਂਦਾ, ਮਨਾਰ ਤੇ ਬਹਿ ਜਾਣਾ, ਮਨਾਰ ਤੇ ਬਹਿ ਕੇ ਮੈਂ ਸੁਣੋ ਗੱਲਾਂ ਮਜ਼ਾ ਆ ਰਿਹਾ ਕਿ ਨਹੀਂ? ਮੈਂ ਕਿਹਾ ਮੈਂ ਉਹ ਕਬੂਤਰ ਉਹ ਛੱਡਣਾ ਜਿਹੜਾ ਮਨਾਰ ਤੇ ਬਹਿ ਕੇ ਚੁੰਮੀਆਂ ਲੈਂਦਾ ਨਾ ਉਹ ਗੁੰਮਦ ਦੀਆਂ। ਅੱਛਾ ਬਾਜੀ ਲੱਗ ਗਈ ਉਹ ਦੋ ਹਜ਼ਾਰ ਦੀ ਬਾਜੀ ਲੱਗ ਗਈ। ਅੱਛਾ ਮੈਂ ਚੈਲੰਜ ਕਰਕੇ ਆ ਗਿਆ, ਜਦੋਂ ਚੈਲੰਜ ਕਰਕੇ ਆ ਗਏ ਮੈਂ ਆਪਣੇ ਉਸਤਾਦ ਨੂੰ ਗਿਆ, ਉਦੋਂ ਸਾਈਕਲਾਂ ਦਾ ਦੌਰ ਸੀ, ਹਾਂਜੀ ਸਾਈਕਲ ਗਿਆ, ਉਸਤਾਦ ਨੇ ਕਿਹਾ ਇੱਦਾਂ ਦਾ ਕਰਕੇ ਛੱਡ, ਉਹ ਮਾਸ਼ਾਅੱਲਾ ਮੈਂ ਛੱਡਿਆ, ਉਹ 2.5 ਕਬੂਤਰ ਖਲੋਤੇ ਹੀ ਵੱਧ ਗਿਆ, ਜਿੱਤ ਗਿਆ। ਜਿਹੜੀ ਇਹਨਾਂ ਦੀ ਸੁਨਿਆਰੀ ਕਬੂਤਰੀ ਹਾਰਦੀ ਨਹੀਂ ਸੀ ਨਾ, ਉਹ ਚੀਦੂ ਰਾਜਪੂਤ ਨੇ ਹਰਾਈ ਤੇ ਹਰਾਈ ਵੀ ਚੈਲੰਜ ਕਰਕੇ। ਵਾਹ, ਠੀਕ ਹੈ ਨਹੀਂ? ਠੀਕ ਆ। ਅਗਲੀ ਬਾਜੀ ਫਿਰ ਉੱਡੀ ਤੇ ਇਹ ਕਹਿੰਦੇ ਕਿ ਲਾ ਇਹੋ ਜਿਹਾ ਕੁੱਤਿਆਂ ਬਿੱਲੀਆਂ ਕਾਹਦੀਆਂ ਅਸੀਂ ਰਾਤੀ, ਯਾਨੀ ਕਿ ਸਹੀ ਨੇ ਕਬੂਤਰੀ ਉੱਡੀ। ਹਾਂ ਜਦੋਂ ਹਰ ਜਿਵੇਂ ਬੰਦਾ ਫਿਰ ਉਹ ਕਬੂਤਰੀ ਛੱਡੇ ਘਰੋਂ ਕਬੂਤਰੀ ਛੱਡ ਕੇ ਮੈਂ ਫਿਰ ਉਹ ਜਿਹੜੀ ਹੈ ਨਾ 4:30 ਹਰਾਤੀ ਛੱਡੇ ਨੂੰ ਮੈਂ ਤਰੀਕਾ ਆਪਣੇ ਉਸਤਾਦ ਵਾਲਾ ਦੱਸਿਆ। ਹਾਂਜੀ ਤੇ ਉਹ 4:30 ਬਾਬਾ ਉਹਨਾਂ ਦੀ ਫਿਰ ਕਬੂਤਰੀ ਹਰਾਤੀ। ਠੀਕ ਆ। ਉਹ ਮੁੜ ਕੇ ਆਪ ਹੀ ਮੈਨੂੰ ਮੁਬਾਰਕਾਂ ਦੇ ਲੱਗ ਪਏ, ਕਹਿੰਦੇ ਯਾਰ ਸਿੱਧੂ ਯਾਰ ਤੂੰ ਚੰਗਾ ਬੰਦਾ, ਇਹ ਬਾਜੀਆਂ ਛੱਡਦੇ ਤਾਂ ਟੈਮੋ ਟੈਮ ਹਰੇ ਹੁੰਦੇ ਸੀ, ਤੂੰ ਬਾਈ ਛੱਡੀ ਸਾਡੀ ਧੌਣ ਥੱਕ ਗਈ, ਭੈਣ ਦੇ ਕਬੂਤਰ ਥੱਲੇ ਨਹੀਂ ਆਉਂਦੇ, ਜਿੱਤਣ ਲੱਗ ਗਿਆ ਤਾਂ ਸਿੱਧੂ ਦਾ ਨਾਮ ਵਾਲਾ। ਹਾਂਜੀ ਉੱਥੋਂ ਮੈਂ ਭਾਈ ਸੇਲ ਮਾਸ਼ਾਅੱਲਾ ਬਾਜੀ ਇੱਥੋਂ ਪਹਿਲੀ ਛੱਡੀ ਆ, ਜ਼ਿੰਦਗੀ ਦੀ ਪਹਿਲੀ ਸਾਂਭੀ ਤਾਂ ਪਹਿਲੀ ਜਿੱਤ ਗਈ, ਜਿੱਤਿਆਂ ਦੀ ਚੈਲੰਜ ਕਰ ਗਏ। ਸ਼ੌਕ ਵੀ ਫਿਰ ਵੱਧ ਗਿਆ? ਸ਼ੌਕ ਵੱਧ ਗਿਆ, ਮੈਂ ਉਹ ਫਿਰ ਆਪਣੇ ਉਸਤਾਦ ਦਾ ਬਹੁਤਾ ਫੈਨ ਹੋ ਗਿਆ। ਅੱਛਾ ਉਸਤਾਦ ਮੇਰਾ ਯਾਰ ਆਰਫ ਵੀ ਬਹੁਤ ਤਕੜਾ ਉਸਤਾਦ ਸੀ, ਇਸ ਇਲਾਕੇ ਦਾ ਮੰਨਿਆ ਤੰਨਾ ਖਿਲਾੜੀ ਸੀ, ਆਮ ਖਿਲਾੜੀ ਨਹੀਂ ਸੀ ਹੈਗਾ। ਠੀਕ ਆ। ਫਿਰ ਅੱਧਿਆਂ ਮੈਨੂੰ ਸ਼ੌਕ ਪੈ ਗਿਆ, ਮੈਂ ਕਬੂਤਰ ਘਰ ਫਿਰ ਰੱਖੇ ਲਿਆ ਕੇ, ਕਬੂਤਰ ਤਾਂ ਮੈਂ ਘਰ ਰੱਖਣਾ ਲਿਆ ਕੇ, ਲੇਕਿਨ ਜਦੋਂ ਘਰ ਰੱਖਿਆ ਨਸਲ ਬਣੀ ਆ ਤੇ ਉਦੋਂ ਫਿਰ ਬੁੜੇ ਨੇ ਬਾਹਰ ਭੇਜ ਦਿੱਤਾ। ਅੱਛਾ ਉਦੋਂ ਮੈਂ ਘਰੇ ਇੱਕ ਬਾਜੀ ਹੋਰ ਛੱਡੀ ਸੀ। ਹਾਂਜੀ ਤੇ ਬਾਜੀ ਇੱਕ ਹੋਰ ਛੱਡੀ ਸੀ, ਉਹ ਵੀ ਜਿੱਤ ਗਿਆ, ਜੱਟਾਂ ਦੇ ਮੁੰਡੇ ਨਾਲ ਛੱਡੀ ਸੀ। ਅੱਛਾ ਉਹ ਕਹਿੰਦਾ ਮੈਂ ਵੀ ਤੇਰੇ ਸ਼ਾਹ ਖਾਂ ਨੂੰ ਮੰਨਦਾ, ਮੈਂ ਕਿਹਾ ਤੂੰ ਕਿੰਨੇ ਰੁਪਏ? ਉਹਨੂੰ 200, ਮੈਂ 200 ਹੀ ਦੇ, ਇਹ ਬੜੀ ਪੁਰਾਣੀ ਗੱਲ ਹੈ। ਅੱਛਾ ਮੈਂ ਉਹ ਵੀ ਮਾਸ਼ਾਅੱਲਾ ਜਿੱਤ ਗਿਆ। ਅੱਛਾ ਫਿਰ ਇੱਥੇ ਇੱਕ ਮੈਂ ਜੱਟਾਂ ਦੀ ਬਾਜੀ ਛੱਡੀ, ਉਹ ਪਹਿਲਾਂ ਮੇਰਾ ਜ਼ਿੰਦਗੀ ਦਾ ਸੀ, ਉਹ ਮੈਂ ਤੀਸਰ ਤੇ ਜਿੱਤ ਗਿਆ। ਅੱਛਾ ਮੈਨੂੰ ਸ਼ਗਿਰਦੀ ਨੀ ਸੀ ਕਰਦਾ, ਜਿਹੜੇ ਜਿਹੜੇ ਉਹਦੇ ਮੁੰਡੇ ਸੀ ਉਹਨਾਂ ਨਾਲ ਮੈਂ ਸੀ, ਉਹਨੇ ਮੈਨੂੰ ਪੁੱਤਾਂ ਤਰ੍ਹਾਂ ਰੱਖਿਆ ਵਾ। ਠੀਕ ਆ। ਉਹ ਤੇ ਫਿਰ ਲੋਕੀ ਮੇਰੇ ਜਿਹੜੀ ਗੱਲ ਪੁੱਛਣੀ ਉਹਨੇ ਦੱਸ ਦੇਣੀ। ਹਾਂਜੀ ਉਹ ਜਦੋਂ ਲੋਕੀ ਮੇਰੇ ਮੈਨੂੰ ਕੋਈ ਅੱਧਰੋਂ ਮੈਸੇਜ ਮਾਰ ਲਿਆ ਪਿਆ ਉਹਦੇ ਉਸਤਾਦ ਸ਼ਹੀਦੂ ਮੈਨੂੰ ਸਾਨੂੰ ਸ਼ਗਿਰਦ ਕਰ, ਉਸਤਾਦ ਸਾਨੂੰ ਸ਼ਗਿਰਦ ਕਰ, ਤੇ ਮੈਂ ਫਿਰ ਆਪਣੇ ਉਸਤਾਦ ਦੀ ਮਿੰਨਤ ਕੀਤੀ, ਮੈਂ ਕਿਹਾ ਉਸਤਾਦ ਜੀ ਹੁਣ ਮੈਨੂੰ ਲੋਕੀ ਬਹੁਤ ਕਹਿਣਦੇ ਸਾਨੂੰ ਸ਼ਗਿਰਦ ਕਰ, ਮੈਨੂੰ ਸ਼ਗਿਰਦ ਕਰ ਲਾ, ਉਹ ਮੰਨੇ ਨਾ। ਅੱਛਾ ਇੱਥੇ ਭਾਈ ਸਮਾਨ ਰਾਣਾ ਸਮਾਨ ਆ, ਉਹ ਵੀ ਉਸਤਾਦ ਦਾ ਸ਼ਗਿਰਦ, ਮੈਂ ਯਾਰ ਭਾਈ ਸਮਾਨ ਤੂੰ ਉਸਤਾਦ ਨੂੰ ਕਹਿ ਦੇ ਮੈਨੂੰ ਸ਼ਗਿਰਦ ਕਰ। ਅੱਛਾ ਉਹ ਭਾਈ ਫਿਰ ਉਸਤਾਦ ਨੇ, ਮੈਂ ਉਸਤਾਦ ਦਾ ਸ਼ਗਿਰਦ ਹੋ ਗਿਆ। ਹਾਂਜੀ ਤੇ ਮਾਸ਼ਾਅੱਲਾ ਫਿਰ ਹੁਣ ਤੁਹਾਡੇ ਸਾਹਮਣੇ ਆ। ਇਸ ਸਾਲ ਨਾ 2024 ਦੇ ਵਿੱਚ ਨਾ ਕਬੂਤਰ ਉੱਡਿਆ 18 ਕਿ 19 ਦਿਨ, 18 ਦਿਨ ਉੱਡਿਆ ਜੀ, ਉਹ ਚੀਦੂਨਾ ਤੋਂ ਬਾਹਰੋਂ ਬਹਿ ਕੇ ਆਪਣੇ ਸ਼ਗਿਰਦ ਕੋਲ ਉਡਾਉਂਦਾ ਰਿਹਾ। ਕਿਹੜੇ ਚੱਕ ਉੱਡੀ ਸੀ ਬਾਜੀ ਭਲਾ? ਮੀਆਂ ਚੰਨੂ 2 ਜਗ੍ਹਾ ਰਾਜਿਆਂ ਵਾਲੇ, ਹਾਂਜੀ, ਉਹ ਜਾਸਿਨ ਕਾਠੀਆ ਦਾ ਕਬੂਤਰ ਸੀ। ਅੱਛਾ ਜੀ। ਕਾਹਦੀ ਬਾਜੀ? 18ਵੇਂ ਦਿਨ ਆਪਣਾ ਕਬੂਤਰ ਮੁੱਠੇ ਤੇ ਹਾਰ ਗਿਆ ਸੀ। ਹਾਂਜੀ ਦੇਖੋ ਜੀ, ਉਹ ਬੰਦੇ ਜਿਹੜੇ ਇੰਨੇ ਉਹ ਕਾਰੀਗਰ ਨਹੀਂ ਸੀ ਹੈਗੇ, ਉਹ ਪੂਰੇ ਮੀਆਂ ਚੰਨੂ ਜਿਹੜੇ ਉਸ ਪਿੰਡ ਦੇ ਬੰਦੇ ਪੂਰੇ ਪਰੇ ਵੀ ਸਾਰੇ ਜਾਣਦੇ, ਉਹਨਾਂ ਨੂੰ ਕਬੂਤਰ ਪਲਟਾਉਣੇ ਨਹੀਂ ਆਉਂਦੇ। ਠੀਕ ਹੈ। ਲੇਕਿਨ ਮੇਰੀ ਬਹਾਦਰ ਇਹ, ਮੈਂ ਆਪਣੇ ਹਿਸਾਬ ਨਾਲ ਕਦੀ ਬਦਾਮ ਘੱਟ ਦਵਾ ਦੇਣੇ, ਕਦੀ ਵੱਧ ਦਵਾ ਦੇਣੇ, ਉਹਨਾਂ ਨੂੰ ਬਹੁਤਾ ਪਲਟਾਉਣਾ। ਕਿਉਂਕਿ ਤੂੰ ਸਾਊਦੀ ਅਰਬ ਸੀ ਉਦੋਂ? ਹਾਂਜੀ ਮੈਂ ਸਾਊਦੀ ਅਰਬ ਸੀ। ਹਾਂਜੀ ਉਹ ਕਬੂਤਰ ਭਾਈ ਆਪਣਾ 18ਵੇਂ ਦਿਨ ਮੁੱਠੇ ਤੇ ਹਾਰ ਗਿਆ। ਹਾਂਜੀ ਲੇਕਿਨ 2024 ਦੇ ਵਿੱਚ 18 ਦਿਨ ਕਬੂਤਰ ਨਹੀਂ ਕਿਤੇ ਵੀ ਉੱਡੇ। ਹਾਂਜੀ ਇਹ ਆਪਣਾ ਮਾਸ਼ਾ ਰਿਕਾਰਡ ਲੱਗਾ, ਚਲੋ ਹਾਰ ਜੇ ਤੇ ਬਣੀ ਆ। ਤੇ 2024 ਦਾ ਜਿਹੜਾ ਤੁਹਾਡੇ ਸ਼ਗਿਰਦਾਂ ਦਾ ਰਿਜ਼ਲਟ ਆ ਭਾਈ ਰਸ਼ੀਦ, ਬਹੁਤ ਮਾਸ਼ਾ ਚੰਗਾ ਕਿੱਦਾਂ ਰਿਹਾ? ਬਹੁਤ ਸੋਹਣਾ ਰਿਹਾ। ਕੋਈ ਮਸ਼ਹੂਰ ਬਾਜ਼ੀ ਇਸ 18ਵੇਂ ਦਿਨ ਵਾਲੇ ਤੋਂ ਇਲਾਵਾ? ਮਸ਼ਹੂਰ ਬਾਜ਼ੀਆਂ ਸਾਰੀਆਂ ਮਸ਼ਹੂਰ ਆ, ਹੁਣ ਜਿੱਥੇ ਛੱਡਦੇ ਆ ਕਬੂਤਰ ਮਾਸ਼ਾਅੱਲਾ ਚੰਗੇ ਉੱਡਦੇ ਆ। ਅੱਛਾ ਤੁਸੀਂ ਉੱਥੇ ਬਾਹਰ ਕੰਮ ਕਰਦੇ ਆ? ਹਾਂਜੀ ਆਪਣੇ ਸ਼ਗਿਰਦਾਂ ਨੂੰ ਵੀ ਇੰਨਾ ਟਾਈਮ ਦਿੰਦੇ ਆ, ਬਾਹਰ ਬਹਿ ਕੇ ਫੋਨ ਦੇ ਉੱਤੇ ਟਾਈਮ ਦੇਣਾ ਬੜਾ ਔਖਾ ਵਾ, ਬਹੁਤ ਔਖਾ। ਤੁਹਾਡਾ ਸ਼ੌਕ ਪੂਰਾ ਹੋ ਜਾਂਦਾ? ਹਾਂਜੀ। ਹੁਣ ਤੁਹਾਡੇ ਕਿੰਨੇ ਸ਼ਗਿਰਦ ਆ ਇਸ ਟਾਈਮ ਪਾਕਿਸਤਾਨ ਦੇ ਵਿੱਚ?
ਸਰੀਰ ਤੇ ਮੇਰੇ ਤੇ 19 ਕ ਹੈਗੇ ਆ। ਅੱਛਾ ਜੀ। ਲੇਕਿਨ ਕੋ ਦੋ ਤਿੰਨ ਜਿਹੜੇ ਨਾਰਾਜ਼ ਵੀ ਆ। ਅੱਛਾ ਜੀ। ਲੇਕਿਨ ਉਹ ਬਗੈਰ ਤੇ ਕਰਦੇ ਆਪਾਂ ਸੱਚੇ ਬੰਦੇ ਆ, ਠੀਕ ਆ। ਹਾਂਜੀ। ਕੋ ਸਿੱਧੀ ਗੱਲ ਕਰਨ ਵਾਲੇ ਆ। ਹਾਂਜੀ। ਜਿਹੜਾ ਕੋ ਮੈਨੂੰ ਸਿਗਰਦ ਨਹੀਂ ਸਹੀ ਲੱਗਦਾ ਮੈਨੂੰ ਦੱਸਦਾ ਹੀ ਨਹੀਂ। ਹਾਂਜੀ। ਠੀਕ ਹੈ ਨੀ? ਠੀਕ ਆ। ਮੇਰੇ ਮੈਂ ਆਪਣੇ ਉਸਤਾਦ ਦੇ ਹੁੰਦੇ ਆ ਇੱਕ ਦੋਵਾਂ ਸਿਗਰਦਾਂ ਦਾ ਵਾਅਦਾ ਕੀਤਾ ਸੀ, ਮੈਂ ਉਸਤਾਦ ਜੀ ਇਹਨਾਂ ਨੂੰ ਮੈਂ ਦੱਸਣਾ, ਉਹਨਾਂ ਨੂੰ ਮੈਂ ਦੱਸਿਆ ਮਸ਼ਲਾ ਹੈਗਾ ਬਹੁਤ ਜਲਟ ਆਇਆ, ਇਹ ਮੈਂ ਪੀਰ ਮਲਕ ਕਬੂਤਰ ਡਾਏ ਬਹੁਤ ਵੱਡੇ ਕਬੂਤਰ, ਕਿਉਂਕਿ ਤੁਸੀਂ ਰਹਿੰਦੇ ਆ ਜੀ ਬਾਹਰ। ਹਾਂਜੀ। ਤੁਸੀਂ ਤੁਹਾਡੇ ਮੇਰਾ ਸ਼ਗਿਰਦ ਵੀ ਫੋਨ ਦੇ ਉੱਤੇ ਹੀ ਆ ਜ਼ਿਆਦਾ। ਹਾਂਜੀ। ਨਹੀਂ ਨਹੀਂ। ਹਾਂ, ਕੁਛ ਸ਼ਗਿਰਦ ਇੱਥੇ ਮੇਰੇ ਪੱਗਾਂ ਦੇ ਹੋਏ ਆ। ਅੱਛਾ ਜੀ। ਹਾਂ, ਪਹਿਲੇ ਬਾਕੀ ਜਿਹੜੇ ਉਹ ਫੋਨ ਤੇ ਇਹ। ਠੀਕ ਆ। ਹਾਂ, ਕਬੂਤਰਬਾਜ਼ੀ ਦਾ ਜਿਹੜਾ ਸ਼ੌਕ ਹੈ ਉਹਨੂੰ ਕੀ ਤੁਸੀਂ ਕਹਿੰਦੇ ਆ, ਚੰਗਾ ਸ਼ੌਕ ਆ ਕਿ ਮਾੜਾ ਸ਼ੌਕ ਆ? ਸ਼ੌਕ ਤਾਂ ਹੁਣ ਤੁਹਾਨੂੰ ਅੱਗੇ ਭਾਈ ਜਾ ਹੀ ਦੱਸ ਗਿਆ। ਹਾਂ, ਠੀਕ ਹੈ ਨੀ, ਬਸ ਚੰਗੇ ਬੰਦੇ ਨੂੰ ਗੇਮ ਰਹਿ ਗਈ, ਮਾੜੇ ਬੰਦੇ ਦਾ ਤਾਂ ਸ਼ੌਕ ਹੀ ਨਹੀਂ ਰਹਿ ਗਿਆ। ਹਾਂਜੀ। ਠੀਕ ਹੈ, ਪੈਸੇ ਵਾਲੇ ਦਾ ਹੁਣ ਸ਼ੌਕ ਆ। ਲੇਕਿਨ ਤੇਰਾ ਯਾਰ ਮਾਸ਼ਾਅੱਲਾ ਬੜਾ ਅੱਛਾ ਰਿਜ਼ਲਟ ਆ, ਕੀ ਕਰ ਗੱਲ ਆ? ਕੋਈ ਟੇਪ ਕਬੂਤਰਬਾਜ਼ੀ ਦੇ ਬਾਰੇ ਜਿਹੜਾ ਜਿਹਦਾ ਕੋਈ ਜਲਾਬ, ਅੱਛਾ ਤੂੰ ਮਸਲਾ ਇਸ ਟਾਈਮ ਹੁਣ ਚੱਲ ਰਿਹਾ ਕਬੂਤਰਾਂ ਦਾ ਅੰਗਰੇਜ਼ੀ ਦੌਰ, ਕੋਈ ਦੇਸੀ ਨੁਸਖਾ ਤੇਰੇ ਕੋਲ ਹੈ ਜਿਹੜਾ ਤੂੰ ਆਪਣੇ ਯਾਰਾਂ ਬੇਲੀਆਂ ਨੂੰ ਸ਼ੇਅਰ ਕਰਨਾ ਚਾਹੁੰਦਾ? ਹਾਂ, ਦੱਸ ਦਿੰਦੇ ਆ। ਦੱਸ, ਬੰਦੇ ਯਾਦ ਕਰਨਗੇ। ਠੀਕ ਆ। ਔਰ ਅੱਲਾਹ ਦੇ ਹੁਕਮ ਨਾਲ ਕਿਸੇ ਨੇ ਕਿਸੇ ਕੋਲ ਸ਼ਾਇਦ ਸੁਣੀ ਵੀ ਨਹੀਂ ਹੋਊਗੀ। ਠੀਕ ਆ। ਇਹ ਕੀ ਚੀਜ਼ ਦੱਸਣ ਲੱਗੇ ਹੁਣ ਤੁਸੀਂ? ਤੁਸੀਂ ਪੁੱਛੋ ਕਿਹੜੀ ਸ਼ਾਇਦ ਦੱਸੋ। ਜਲਾਬ ਦੱਸ ਦੇ, ਦੇਸੀ ਜਲਾਬ ਦੱਸ ਦੇ। ਜਲਾਬ ਦੱਸ ਦੇ। ਸੇਲ ਪਾਈ ਜਲਾਬ ਤੇ ਬੜੇ ਆ, ਕੋਈ ਬੰਦਾ ਉਹਦਾ ਜੈਂਟ ਦਾ ਕਰਾਉਂਦਾ, ਕੋਈ ਔਕਸਾ ਫੈਕਸ ਦਾ, ਕੋਈ ਸੋਡਾ ਮਿੰਟ, ਬਥੇਰੀਆਂ ਛਾਵਾਂ ਦਿੰਦੇ ਆ। ਹਾਂਜੀ, ਬਹੁਤ ਬਹੁਤ। ਲੇਕਿਨ ਜਿਹੜੇ ਅਸਲ ਜਲਾਬ ਆ ਨਾ ਦੇਸੀ, ਜਿਹੜੇ ਅਸਲ ਜਲਾਬ ਆ, ਹਾਂਜੀ, ਉਹ ਇੱਕ ਹੈ ਤ੍ਰਿਫਰੇ ਵਾਲਾ ਵਾ, ਦੂਸਰਾ ਰਸੌਂਦ ਵਾਲਾ। ਰਸੌਂਦ ਵਾਲਾ ਜਲਾਬ ਕੋਈ ਲਾਉਂਦਾ ਹੀ ਨਹੀਂ। ਹਾਂ, ਉਹ ਅਸੀਂ ਦੱਸ ਦਿੰਦੇ ਆ, ਜਿਹੜਾ ਬੰਦਾ ਲਾਊਗਾ ਯਾਦ ਕਰੂਗਾ। ਤ੍ਰਿਫਲਾ ਜਿਹੜਾ ਉਹਦੇ ਵਿੱਚ ਕਿਹੜੇ ਕਿਹੜੀ ਸ਼ੈਨ ਤੁਸੀਂ ਤ੍ਰਿਫਲਾ ਕਹਿੰਦੇ? ਔਲਾ ਹਰ ਬਹਿੜੇ ਨੂੰ, ਇੱਕ ਔਲਾ, ਇੱਕ ਹਰੜੇ ਇੱਕ ਬਹਿੜਾ, ਹੈਰਾ ਇੱਕ ਸੰਦਲ। ਠੀਕ ਆ। ਸਵੈਦ ਸੰਦਲ, ਹਾਂ, ਇਹ ਵੀ ਜਲਾਬ ਚੰਗਾ ਵਾ। ਠੀਕ ਆ। ਤੇ ਜਿਹੜਾ ਰਸੌਂਦ ਵਾਲਾ ਵਾ, ਹਾਂਜੀ, ਜੇ ਕਿਸੇ ਵੀਰ ਭਰਾ ਜੇ ਕਿਸੇ ਦਾ ਦਿਲ ਕਰੇ। ਅੱਛਾ, ਚੱਲ ਰਸੌਂਦ ਦੀ ਗੱਲ ਆ ਗਈ ਯਾਰ, ਰਸੌਂਦ ਤਾਂ ਵਿਚਾਰੇ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਹੈਗਾ ਵੀ ਅਸਲ ਕਿਹੜੀ ਰਸੌਂਦ ਆ, ਪੱਤੇ ਵਾਲੀ ਆ ਕਿ ਜਿਹੜੀ ਕਾਲੀ? ਰਸੌਂਦ ਜਿਹੜੀ ਆ ਬਿਲਕੁਲ ਕੌੜੀ ਯਾਰ, ਉਹ ਰਸੌਂਦ ਆ। ਇੱਕ ਹੁੰਦੀ ਆ ਦਲੇਈ ਵਾਲੀ, ਕਾਲੀ। ਹੁਣ ਆਪਾਂ ਕਬੂਤਰਬਾਜ਼ ਬੈਠੇ ਸਾਰੇ, ਆਪਾਂ ਨੂੰ ਤਾਂ ਪਤਾ ਇਸ ਗੱਲ ਦਾ, ਜਦੋਂ ਨਵਿਆਂ ਨੂੰ ਆਪਣੀ ਵਜ੍ਹਾ ਨਾਲ ਫਾਇਦਾ ਹੋਣਾ ਚਾਹੀਦਾ, ਇੱਕ ਲੱਭਦੀ ਤੈਨੂੰ ਪਤਾ ਪੱਤੇ ਵਾਲੀ, ਹਾਂਜੀ, ਇੱਕ ਹੁੰਦੀ ਆ ਰੋੜੀ ਵਾਲੀ, ਉਹ ਪੱਥਰ ਟਾਈਪ ਜਿਹੜੀ ਸ਼ੀਸ਼ੇ ਜਿਹੀ ਵਾਲੀ ਹੁੰਦੀ ਆ, ਕਿਹੜੀ ਇੱਕ ਨੰਬਰ ਹੁੰਦੀ ਆ? ਉਹ ਭਾਈ ਹੁਣੇ ਦੋ ਨੰਬਰੇ ਕਰਦੇ ਆ ਭੈਣ ਚੋ, ਉੱਥੇ ਵੀ ਪੱਤਾ ਚਾਲ ਲੈਂਦੇ ਆ, ਲੇਕਿਨ ਹੁੰਦੀ ਜਿਹੜੀ ਪੱਤੇ ਵਾਲੀ ਆ ਅਸਲ ਇੱਕ ਨੰਬਰ, ਉਹ ਪੱਤੇ ਵਾਲੀ। ਠੀਕ ਆ, ਠੀਕ ਆ। ਅਸੀਂ ਤੇ ਉਹ ਹੀ ਦਿੱਤੀ ਆ ਜਿਹੜੀ ਦੋ ਨੰਬਰ ਆ, ਉਹ ਹੋਰ ਹਿਸਾਬ ਦੀ ਹੁੰਦੀ ਜਿਹੜੀ ਅਸਲ ਆ। ਜੇ ਇੱਕ ਨੰਬਰ ਸੌਂਦ ਯਾਰ ਲੱਭ ਲੈਣੀ ਆ ਤੁਸੀਂ, ਹਾਂਜੀ, ਤੇ ਅੱਗੇ ਦੇਣ ਦਾ ਤਰੀਕਾ ਦੱਸ ਦਿਓ। ਜੇ ਉਹ ਰਸੌਂ ਜੋ ਲੈਣੀ ਆ ਉਹ ਚੈੱਕ ਕਰਨੀ ਆ, ਉਹ ਯਾਰ ਤਰ੍ਹਾਂ ਹੋ ਗਈ, ਉਹਨੇ ਮਲਾਪ ਕੱਢਨੇ ਆ, ਤੇ ਐਵੇਂ ਲੋਕੀ ਔਕਸਾ ਪੈਸ ਦੇਈ ਜਾਂਦੇ ਆ, ਜੈਂਟਲ ਦੇਈ ਜਾਂਦੇ, ਕਬੂਤਰ ਬਰਬਾਦ ਕਰਦੇ, ਮੁੜੇ ਕਬੂਤਰ ਹੀ ਨਹੀਂ ਉੱਡਦੇ, ਕਬੂਤਰ ਝਾੜੇ ਪੈ ਜਾਂਦੇ ਆ। ਹਾਂਜੀ, ਬਿਲਕੁਲ ਸਹੀ ਗੱਲ। ਜਲਾਬ ਤੇ ਉਹ ਵਾ ਨਾ ਕਿ ਜਿਹੜਾ ਕਬੂਤਰ ਉੱਡੇ ਉੱਡੇ, ਠੀਕ ਆ, ਪੂਰਾ ਸੀਜ਼ਨ ਹੀ ਉੱਡੇ। ਜਲਾਬ ਦਾ ਮਤਲਬ ਹੁੰਦਾ ਵੀ ਕਬੂਤਰ ਅੰਦਰੋਂ ਸਾਫ਼ ਕਰ ਦੇ, ਸਾਫ਼ ਹੋ ਜੇ। ਹਾਂ, ਉਹ ਸੈਲ ਸੇਲ ਭਾਈ ਜਿਹੜਾ ਜਲਾਬ ਆ ਨਾ, ਹਾਂਜੀ, ਇਹ ਭਾਵਾਂ ਤੁਸੀਂ ਪੱਕੇ ਕਬੂਤਰ ਨੂੰ ਕਰਾਓ, ਭਾਵਾਂ ਕੱਚੇ ਨੂੰ ਕਰਾਓ, ਇਹਦਾ ਕੋਈ ਨੁਕਸਾਨ ਨਹੀਂ ਹੈਗਾ। ਬਿਲਕੁਲ। ਐਵੇਂ ਬੰਦੇ ਕਹਿੰਦੇ ਕਬੂਤਰ ਕਮਜ਼ੋਰ ਹੋ ਜਾਂਦਾ, ਅਸੀਂ ਸ਼ਾਹੀ ਉਹ ਦੱਸ ਦੇਣੀ ਆ, ਕੁਛ ਵੀ ਨਹੀਂ ਹੁੰਦਾ ਕਬੂਤਰ ਨੂੰ। ਬਿਲਕੁਲ ਜਾਇਜ਼ ਆ ਜੀ। ਇਹ ਜਿਹੜਾ ਜਲਾਬ ਆ ਨਾ, ਇਹ ਕਣਕ ਦੇ ਦਾਣੇ ਨਹੀਂ ਲਾਣੀ ਆ, ਰਸੌਂਦ। ਠੀਕ ਆ ਜੀ। ਕਣਕ ਦਾ ਦਾਣਾ ਲਾਗੇ ਰੱਖ ਲੈਣਾ, ਠੀਕ ਆ, ਇੰਨੀ ਲਾਣੀ ਆ ਰਸੌਂਦ, ਠੀਕ ਆ, ਤੇ ਚਾਰ ਦਾਣੇ ਲੈਣੇ ਆ ਸੌਂਫ ਦੇ, ਠੀਕ ਆ, ਇਹ ਦੋਵੇਂ ਛਾਵਾਂ ਕੁੱਟ ਕੇ ਨਾ, ਠੀਕ ਆ, ਤੇ ਕੌਲੀ ਪਾ ਕੇ ਉਹਦੇ 30 ਸੀਸੀ ਪਾਣੀ ਪਾ ਦੇਣਾ ਵਿੱਚ, ਠੀਕ ਆ, ਥੱਲੇ ਅੱਗ ਤੇ ਪਕਾਉਣੀ ਸ਼ੁਰੂ ਕਰ ਦੇਣੀ ਹੈ, ਠੀਕ ਆ, ਜਦੋਂ 30 ਦੇ ਵਿੱਚੋਂ 15 ਸੀਸੀ 18 ਰਹਿ ਜਾਏ ਲਾ ਕੇ ਉਹਨੂੰ ਪੁਣ ਲੈਣਾ, ਠੀਕ ਆ, ਪੁਣ ਲਿਆ, ਠੀਕ ਆ, ਉਸ ਤੋਂ ਬਾਅਦ ਤੁਹਾਡਾ ਕਬੂਤਰ ਪਹਿਲਾਂ ਪਲਟਿਆ ਹੋਣਾ ਚਾਹੀਦਾ, ਉਹ ਹੁਣ ਸਾਰੇ ਸੁਬਾਹ ਟਾਈਮ ਕਰਨਾ ਕੰਮ ਇਹ, ਹਾਂਜੀ, ਨਾਗਲ ਦੇਣ, ਠੀਕ ਆ, ਜਦੋਂ ਤੁਹਾਡਾ ਕਬੂਤਰ ਪਲਟਿਆ ਹੋਣਾ ਚਾਹੀਦਾ ਪਹਿਲਾਂ, ਹਾਂਜੀ, ਜਦੋਂ ਤੁਹਾਡਾ ਜਲਾਬ ਬਣ ਗਿਆ, ਹਾਂਜੀ, ਤੁਸੀਂ ਕਾਲੇ ਚਣੇ ਨਾਲ ਗੁੜ ਲੈਣਾ, ਠੀਕ ਆ, ਪੁਰਾਣਾ ਗੁੜ ਲੈਣਾ, ਪੁਰਾਣਾ, ਠੀਕ ਆ, ਤੇ ਕਾਲੇ, ਇਸ ਤੋਂ ਉੱਤੇ ਜਲਾਬ ਕੋਈ ਨਹੀਂ, ਠੀਕ ਆ, ਮੈਂ ਵੀਡੀਓ ਦੇਖਦਾ, ਮੈਂ ਬੰਦਿਆਂ ਨੂੰ ਬਹੁਤ ਗਾਲਾਂ ਕਰਦਾ, ਯਕੀਨ ਕਰ, ਇਹ ਤਾਂ ਕੀ ਚਾਵਲਾ ਮਾਰਨ ਦੇ ਆ, ਇਸ ਲਈ ਪਤਾ ਕੀ ਜਿਹੜੇ ਬੰਦੇ ਆਪਣੇ ਹੱਥ ਕੀਤੀ ਇਹ ਚੀਜ਼ਾਂ, ਫਿਰ ਉਹ, ਹਾਂ, ਜਿਹੜੇ ਅਸਲ ਸ਼ਾਮਾਂ ਦੇ ਦੱਸਦੇ ਹੀ ਨਹੀਂ, ਹਾਂਜੀ, ਦੁਨੀਆ ਨੂੰ ਭਾਵੇਂ ਲਾਲ ਬੱਤੀ ਮਗਰ ਲਾਇਆ, ਜੇ ਕਿਸੇ ਦਾ ਕਿਸੇ ਨੂੰ ਕੋਈ ਸ਼ਾਇਦ ਦੱਸਣੀ ਤੇ ਕੋਈ ਕਿਸੇ ਦਾ ਫਾਇਦਾ ਹੋਵੇ, ਹਾਂਜੀ, ਇਹ ਭਾਈ ਕਣਕ ਦੇ ਦਾਣੇ ਨੇ ਸੌਂਫ, ਹਾਂਜੀ, ਚਾਰ ਦਾਣੇ ਸੌਂਫ ਦੇ, 30 ml ਪਾਣੀ, ਦੋਵੇਂ ਛਾਵਾਂ ਕੁੱਟ ਕੇ 30 ml ਪਾਣੀ ਪਾ ਦੇਣਾ, ਇਹਨੂੰ ਅੱਗ ਤੇ ਪਕਾਣਾ ਰੱਖ ਦੇਣਾ, ਹਾਂਜੀ, ਇਹ ਜਦੋਂ 15 ਸੀਸੀ ਰਹਿ ਗਈ ਨਾ, 18 ਸੀਸੀ, ਹਾਂਜੀ, ਇਹਨੂੰ ਲਾ ਕੇ ਪੁਣ ਲੈਣਾ,
ਕਬੂਤਰ ਤੁਹਾਡਾ ਪਹਿਲਾਂ 6 ਵਜੇ ਦਾ ਪਲਟਿਆ ਹੋਣਾ ਚਾਹੀਦਾ। ਠੀਕ ਆ, ਉਹਨੂੰ ਪੁਰਾਣਾ ਗੁੜ ਦੇ ਕੇ ਨਾ ਕਾਲਾ ਚਣੇ ਨਾਲ ਵਾਲਿਆ ਹੁੰਦਾ, ਇੰਨਾ ਦੇ ਕੇ ਉੱਤੋਂ ਰਸੌਂ ਦਾ ਪਾਣੀ ਦੇ ਕੇ ਤੇ ਧੁੱਪੇ ਛੱਡ ਦੇਣਾ। ਠੀਕ ਆ, ਮੈਂ ਕਹਿੰਦਾ ਹਰ ਸ਼ਹਿਰ ਨਿਕਲ ਜੂਗੀ ਭੈਣ ਦੇ, ਉਹਨੇ ਕਿਸੇ ਸ਼ਹਿਰ ਨਾਲ ਨਿਕਲ ਨਹੀਂ ਹੈਗਾ ਓਗਰੇ ਮਲੱਪ ਜਿੰਨੇ ਇਹਦੇ ਨਾਲ ਨਿਕਲਣਾ, ਕਿਉਂਕਿ ਮਿੱਠਾ ਪਹਿਲਾਂ ਦੇਣਾ ਮਲੱਪਾਂ ਨੇ ਮਿੱਠੇ ਨੂੰ ਚੰਬਲਣਾ, ਰਸੌਂ ਨੇ ਮਗਰੋਂ ਧੱਕਾ ਮਾਰਨਾ, ਹਰ ਸ਼ਹਿਰ ਬਾਹਰ ਸਾਫ਼ ਹੋ ਜਾਣੀ। ਅਸਲ ਜਲਾਬ ਇਹ ਦੇਸੀ ਆ ਤੇ ਜਾਂ ਤ੍ਰਿਫੜੇ ਵਾਲਾ, ਬਸ ਇਹ ਦੋ ਜਲਾਬ। ਠੀਕ ਆ, ਹਾਂਜੀ ਇਹ ਲਾਓ ਯਾਦ ਕਰੋ। ਇਹ ਕੋਈ ਗੋਲੀ ਅਗਰ ਦੱਸਣਾ ਚਾਹੁੰਦਾ ਹੋਵੇ, ਗੋਲੀ ਗੋਲੀ ਦਾ ਨੁਸਖਾ ਦੇ ਦੇ, ਬਾਹਰ ਬੈਠਾ ਤਾਂ ਲੋਕਾਂ ਨੂੰ ਬੜੀਆਂ ਉਹ ਕਰਦਾ, ਅੱਜ ਦੇ ਦੇ ਨੁਸਖਾ, ਦੱਸ ਦੇ ਕੋਈ ਨੁਸਖਾ ਯਾਰ, ਦੋ ਤਿੰਨ ਨੁਸਖੇ ਸ਼ੇਅਰ ਕਰ। ਹਾਲਾਂਕਿ ਆਪਾਂ ਆਪਣੇ ਚੈਨਲ ਤੇ ਕੀ ਗੱਲ ਆ, ਮੈਂ ਅੱਜ ਤੱਕ ਨੁਸਖਾ ਕਿਸੇ ਨੂੰ ਨਹੀਂ ਪੁੱਛਿਆ ਨੁਸਖਾ ਆਪਾਂ ਭਾਈ ਸੇਲ, ਕਿਉਂਕਿ ਮੈਨੂੰ ਪਤਾ ਤੂੰ ਉੱਥੇ ਫੋਨ ਦੇ ਉੱਤੇ ਤੈਨੂੰ ਬੰਦੇ ਕਰਦੇ, ਤੂੰ ਜਾਈ ਤੂੰ ਬੰਦੇ ਦੜਵਾ ਦੇਣਾ ਸੇਲ ਭਾਈ। ਆਪਾਂ ਕੱਲ ਨੂੰ ਕੋਈ ਜਿੱਤ ਗਿਆ ਨਾ ਨੂੰ ਆਪਣਾ ਫੇਰ ਵੀ ਕਿਸੇ ਨੇ ਲੈਣਾ, ਮੈਨੂੰ ਪਤਾ ਭਾਈ ਜੀ ਨੇ ਬੜੀ ਚੰਗੀ ਗੱਲ ਕੀਤੀ, ਭਾਈ ਜੀ ਨੇ ਬੜੀ ਚੰਗੀ ਗੱਲ ਕੀਤੀ, ਕਬੂਤਰ ਕੋਈ ਬੱਚਿਆਂ ਨੇ ਲੈ ਕੇ ਤਾਂ ਬਾਅਦ ਨਾਮ ਹੀ ਨਹੀਂ ਲੈਂਦਾ ਵੀ ਇਹ ਕਬੂਤਰ ਸਾਦੀ ਵਾਲੇ ਕਬੂਤਰ ਦੇ ਆ ਬੱਚੇ। ਸੇਲ ਭਾਈ ਟਿਪ ਉਹ ਦੇ ਦਿੰਦੇ ਆ ਜਿਹੜੇ ਹਰ ਉਸਤਾਦ ਦੀ ਖੁਆਇਸ਼ ਆ ਇਹ ਸਾਡੇ ਕੋਲ ਹੋਣੀ ਚਾਹੀਦੀ ਆ। ਠੀਕ ਆ, ਉਹ ਆਪਾਂ ਟਿਪ ਦਿੰਦੇ ਆ ਜਿਸ ਬੰਦੇ ਦਾ ਕਬੂਤਰ ਛੱਡਿਆ ਰਾਤ ਬਾਹਰ ਆਈਏ ਉਹ ਸਵੇਰ ਆਵੇ, ਤੁਸੀਂ ਘੰਟੇ ਛੱਡੋ ਫਿਰ ਦਿਨ ਮਾਰੇ। ਹਾਂ ਮੋੜ ਸਵੇਰ ਟਾਈਮ ਜਿਹੜਾ ਲਾਣਾ, ਇਹ ਨਹੀਂ ਕਿ ਇੱਕ ਵੇ ਹਾਰ ਜੇ, ਦੋ ਵੇ ਹਾਰ ਜੇ, ਤਿੰਨ ਵੇ ਹਾਰ ਜੇ, ਅੱਲਾ ਦੇ ਹੁਕਮ ਨਾਲ ਸਾਰੇ ਬੰਦੇ ਸੁਣਦੇ ਆ। ਮੇਰਾ ਜਿਹੜਾ ਮੈਂ ਤਰੀਕਾ ਦੱਸਣ ਲੱਗਾ, ਇਹ ਤਰੀਕਾ ਤੁਸੀਂ ਲਾਣਗੇ ਕਬੂਤਰ ਕਿਸੇ ਦਾ ਸ਼ਾਮ ਕਰੇ ਨਾ ਕਰੇ, ਸਿੱਧੂ ਰਾਜਪੂਤ ਦੇ ਨੁਕਸੇ ਨਾਲ ਸ਼ਾਮ ਕਰੂਗਾ। ਹਾਂਜੀ ਇਹ ਠੀਕ ਆ, ਇਹ ਰਾਜਪੂਤ ਨੇ ਗੱਲ ਕੀਤੀ ਹੈ ਵੀ ਰਾਜਪੂਤਾਂ ਵਾਲੀ, ਕਿਸੇ ਦਾ ਕਬੂਤਰ ਸ਼ਾਮ ਕਰੇ ਚਾਹੇ ਨਾ ਕਰੇ, ਹਾਂਜੀ ਜਿਹੜਾ ਬੰਦਾ ਮੇਰੀ ਮਕਦਾਰ ਤੇ ਕਬੂਤਰ ਛੱਡੂ ਦਾ ਕਬੂਤਰ ਸ਼ਾਮ ਕਰੂਗਾ ਰਾਤ ਬਾਹਰ ਆ। ਵਾਹ, ਜੇ ਲੋਕਾਂ ਨੇ ਸ਼ਾਮ ਨਹੀਂ ਕਰਨਗੇ ਤੁਹਾਡਾ ਜਿੱਤਵਾਰ ਆ। ਠੀਕ ਆ, ਇੱਥੇ ਮੈਂ 9 ਤੱਕ ਮਜਾਜਾਂ ਨੇ ਬੱਚਾ ਛੱਡਿਆ, ਹਾਂਜੀ ਉਹ ਰਾਤ ਰਹਿ ਗਿਆ। ਠੀਕ ਆ, 7:15 ਵਜੇ ਮੇਰੇ ਕੋਲ ਲੈ ਕੇ ਆ ਗਏ, ਮੈਂ ਰਾਤ ਹੀ ਉਹਨਾਂ ਨੂੰ ਕਿਹਾ ਆ, ਮੈਂ ਕਿਹਾ ਅਗਰ ਮੇਰਾ ਸਵੇਰ ਨੂੰ 15 ਮਿੰਟ ਪਹਿਲਾਂ ਵੀ ਆ ਗਿਆ ਨਾ ਮੈਂ ਜਿੱਤਣਾ। ਹਾਂਜੀ, ਤੇ ਮੈਂ ਅੱਲਾ ਦੇ ਹੁਕਮ ਨਾਲ ਛੱਡਿਆ, ਰਾਤ ਰਿਹਾ ਬੱਚਾ, ਉਹਨੂੰ 3:30 ਵਜੇ ਦਲਾ ਸਾਫ਼ ਕਰ ਦਿੱਤਾ, ਬੰਦੇ ਰਾਤ ਮੋੜ ਲਾਏ, ਮੈਂ ਘੰਟੇ ਲਾਇਆ ਛੱਡਿਆ ਜਿੱਤ ਗਿਆ। ਇਹ ਦੱਸੋ ਅੱਜ ਗੱਲ ਜਰਾ ਸ਼ੇਅਰ ਹੋਏ ਬੰਦਿਆਂ ਨੂੰ ਵੀ ਪਤਾ ਲੱਗੇ ਯਾਰ। ਫਿਰ ਉਸ ਤੋਂ ਬਾਅਦ ਮੈਂ 23 ਦੇ ਵਿੱਚ ਛੱਡਿਆ, 23 ਦੇ ਸਟਾਲ ਤੇ, ਉੱਥੇ ਮੇਰਾ ਰਾਤ ਬਾਹਰ ਆ ਗਿਆ। ਹਾਂਜੀ, ਸਵੇਰ ਆਇਆ ਮੈਂ ਘੰਟੇ ਮੋੜ ਲਿਆ, ਉਹਨੂੰ ਉੱਤੇ ਖਲੋ ਕੇ ਦੜਾ ਮਾਰਿਆ। ਠੀਕ ਆ, ਇਹ ਹਰ ਬੰਦੇ ਕੋਲ ਫਨ ਹੈ ਨਹੀਂ ਗਾ? ਨਹੀਂ ਹੈਗਾ ਜੀ। ਠੀਕ ਆ, ਬਿਲਕੁਲ ਨਹੀਂ ਹੈਗਾ। ਹਾਂਜੀ ਸੇਲ ਭਾਈ, ਇਹ ਜਿਹੜਾ ਨੁਕਸਾ ਨਾ, ਇਹ ਵੇਖਣ ਸ਼ਾਵਾਂ ਆਉਂਦੀਆਂ ਵਾ। ਹਾਂਜੀ ਠੀਕ ਹੈ, ਕਿਸੇ ਬੰਦੇ ਨੂੰ ਪਸੰਦ ਆਣੀਆਂ, ਕਿਸੇ ਬੰਦੇ ਨਹੀਂ ਆਣੀਆਂ, ਚਲੋ ਜਿਹੜਾ ਤਜਰਬਾ ਕਰੂਗਾ ਫਿਰ ਉਹ ਕੰਮ ਆ। ਸ਼ਾਵਾਂ ਕੰਮ ਦੀਆਂ, ਅਸੀਂ ਕਿੱਡੀ ਵੱਡੀ ਗੱਲ ਕਰ ਗਏ ਆ। ਹਾਂਜੀ ਸਹੀ ਗੱਲ ਆ, ਤੇ ਕਿਸੇ ਦਾ ਕਬੂਤਰ ਸ਼ਾਮ, ਸਾਡਾ ਬੰਦਾ ਨਹੀਂ ਗੱਲ ਕਰਦਾ, ਹਾਂ ਕਿਸੇ ਦਾ ਕਬੂਤਰ ਸ਼ਾਮ ਪਾਵੇ ਚਾਹੇ ਨਾ ਪਾਵੇ, ਸਾਡਾ ਪਾਊਗਾ, ਆਪਣਾ ਪਾਊਗਾ। ਜੇ ਇੱਕ ਦਿਨ ਹਾਰ ਜੇ ਤਾਂ ਹੋਊਗਾ ਆਪਣਾ ਜਿੱਤਵਾਰ ਆ। ਠੀਕ, ਕਿਉਂਕਿ ਇੱਕ ਮਕਦਾਰ ਆ, ਹਾਂਜੀ ਨਾ ਤੇ ਕਬੂਤਰ ਨੇ ਬਦਾਮ ਰੋਕੋ, ਅਸਲ ਜਿਹੜਾ ਤਜਰਬਾ ਨਾ ਇਨਸਾਨ ਦਾ ਉਹੀ ਸਭ ਤੋਂ ਵੱਡੀ ਚੀਜ਼। ਇਹ ਮੁੰਡੇ ਮੇਰੇ ਪਿੰਡ ਦੇ ਬੈਠੇ, ਇਹਨਾਂ ਨੂੰ ਪੁੱਛ ਲਓ, ਮੈਂ ਜਿੱਥੇ ਜਿੱਥੇ ਵੀ ਕਬੂਤਰ ਰਾਤ ਬਾਹਰ ਆ ਛੱਡਿਆ, ਘੰਟੇ 'ਚ ਮੋੜ ਲਾ ਕੇ ਮੇਰਾ ਖਲੋ ਕੇ ਜਿੱਤਿਆ। ਸਹੀ, ਠੀਕ ਹੈ, ਲੋਕਾਂ ਨੇ ਰਾਤ ਮੋੜ ਲਾਏ, ਮੈਂ ਸਵੇਰ ਲਾ ਕੇ ਛੱਡੇ ਜਿੱਤੇ ਮੇਰੇ। ਇਹ ਜਦੋਂ ਆਪਣਾ ਕਬੂਤਰ, ਸਭ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਸੀਸੀ ਦਾ ਟੀਕਾ ਹੋਣਾ ਚਾਹੀਦਾ ਖਾਲੀ। ਠੀਕ, ਸਰਿੰਜ, ਸਰਿੰਜ। ਠੀਕ ਆ, ਜਦੋਂ ਕਬੂਤਰ ਆਪਣਾ ਉੱਡ ਕੇ ਆ ਗਿਆ ਨਾ ਸਵੇਰ, ਹਾਂਜੀ, ਤੇ ਉਹਨੂੰ ਕਬੂਤਰ ਨੂੰ ਆ ਕੇ ਯਾਨੀ ਕਿ ਘੁੱਟੋ ਨੱਪੋ, ਮਾੜੇ ਮੋਟੇ ਸੇਕੇ ਮਾਰੋ ਲੱਕ ਨੂੰ, ਜਿਸਮ ਨੂੰ ਸੇਕੇ ਮਾਰੋ, ਸੇਕਾ ਜਿਵੇਂ ਆਪਾਂ ਮਾਰਦੇ ਆ, ਸਾਰਿਆਂ ਨੂੰ ਪਤਾ, ਭਾਵੇਂ ਇਸਤਰੀ ਲੱਗੇ ਗਰਮ ਕਰਕੇ ਰੱਖ ਲੈਣ, ਭਾਵੇਂ ਕੋਈ ਤਵਾ ਰੱਖ, ਸਾਰਿਆਂ ਨੂੰ ਪਤਾ ਸੇਕਾ ਲਾਣਾ। ਹਾਂਜੀ ਬਿਲਕੁਲ, ਜਾਂ ਕੋਈ ਰੇਤ ਨੂੰ ਗਰਮ ਕਰਕੇ ਕਿੰਨੀ ਬਲਾਗ ਲਾਉਂਦੇ ਆ, ਸੇਕੇ ਲਾਉਂਦੇ 100 ਤਰੀਕੇ, ਇਹ ਘੰਟੇ ਦੇ ਵਿੱਚ ਤੁਸੀਂ ਕਮ ਸੇ ਕਮ 5-6 ਵਜੇ ਸੇਕੇ ਲਾਣੇ ਆ। ਠੀਕ, ਘੰਟੇ ਦੇ ਵਿੱਚ ਵਿੱਚ ਭਾਵੇਂ ਉਹ 5 ਸੀਸੀ ਪਾਣੀ ਤੋਰੇ, ਭਾਵੇਂ ਉਹ 10 ਤੋਰੇ, ਭਾਵੇਂ 15 ਤੋਰੇ, ਭਾਵੇਂ 3 ਸੀਸੀ ਪਾਣੀ ਤੋਰੇ, ਉਹਨੂੰ ਪਾਣੀ ਦੇ ਕੇ ਸੇਕੇ ਲਾਣੇ ਆ। ਸਾਦਾ, ਆਹੋ ਸਾਦਾ ਪਾਣੀ ਦੇਣਾ, ਜੇ ਤੁਹਾਨੂੰ ਕੋਈ ਥੋੜੀ ਡਾਉਣ ਲੱਗਦਾ ਵਾ ਤੇ ਕੋਈ 2 ਸੀਸੀ ਗੁਲਾਬ ਦਾ ਰਿਕ ਪਾ ਲਓ, ਕੋਈ 4-5 ਸੀਸੀ ਸਾਦਾ ਪਾਣੀ ਪਾ ਕੇ ਤੇ ਤੁਸੀਂ ਕਬੂਤਰ ਨੂੰ ਚੁੰਝਾ ਲਵਾਓ। ਠੀਕ ਆ, ਉਹ ਜੇ ਤਾਂ ਤੁਹਾਡੇ ਕਬੂਤਰ ਨੇ ਉਹ ਪਾਣੀ ਪੀਂਦੇ ਪੀਂਦੇ ਬਿੱਠਾ ਬਿੱਠ ਕਰ ਦਿੱਤੀ, ਫੇਰ ਤਾਂ ਤੁਸੀਂ ਕਬੂਤਰ ਨੂੰ ਸਰਿੰਜ ਨਹੀਂ ਲਾਣੀ। ਠੀਕ ਆ, ਅਗਰ ਤੁਹਾਡੇ ਕਬੂਤਰ ਨੇ ਹੁਣ ਤੁਸੀਂ 7-8 ਸੀਸੀ ਪਾਣੀ ਤੋਰ ਗਿਆ ਵਾ ਅਰਕ ਵਾਲਾ, ਇਹ ਇੱਕ ਫੁੱਦੂ ਛਾਵਾਂ ਵਾ, ਠੀਕ ਹੈ ਨੀ, ਇਹਨਾਂ ਨੂੰ ਕੌਣ ਮੰਨਦਾ, ਜਦੋਂ ਲਾਣਗੇ ਉਦੋਂ ਯਾਦ ਕਰਨਗੇ। ਠੀਕ ਆ, ਤੇ ਗੁਲਾਬ ਦਾ ਰਿਕ ਲੈਣਾ ਵੱਡੀ ਬੋਤਲਾਂ ਨਿੱਕੀ ਵਾਲਾ ਜਿਹੜਾ ਬਹੁਤ ਤੇਜ਼ ਹੁੰਦਾ ਵਾ। ਠੀਕ ਆ, ਕਬੂਤਰ ਉੱਡ ਕੇ ਆ ਗਿਆ, ਉਹਨੂੰ ਯਾਨੀ ਕਿ
ਸਿੱਕੇ ਸੁੱਕੇ ਮਾਰ ਕੇ ਮਾੜਾ ਮਾੜਾ ਪਾਣੀ ਦੇਈ ਜਾਣਾ, ਕੋਈ 5 CC ਤੋਰ ਜੇ, 8 ਤੋਰ ਜੇ, 10 ਤੋਰ ਜੇ, ਜੇ ਤੁਹਾਨੂੰ ਬਿੱਠ ਕਰਤੀ ਠੀਕ ਆ, ਨਹੀਂ ਬਿੱਠ ਕੀਤੀ ਉਹਦਾ ਟੀਕਾ ਆਣਾ ਹਾਂਜੀ, 1 CC ਦਾ ਭਰਨਾ, ਉਹਦੇ ਵਾਲ ਵਾਲ ਅੱਗੇ ਲੱਗਣਾ ਸਾਈਕਲ ਵਾਲਾ ਹਾਂਜੀ, ਉਹਦੇ ਪਿੱਛੇ ਲਾ ਕੇ ਤੇ ਪ੍ਰੈਸ਼ਰ ਮਾਰ ਦੇਣਾ, ਨੀਮਾ ਕਰ ਦੇਣਾ ਠੀਕ, ਜਦੋਂ ਨੀਮਾ ਕਰਨਾ ਨਾ ਉਹ ਇਹਦਾ 10 CC ਪਾਣੀ ਹੋਣਾ, ਉਹ ਪਹਿਲਾਂ ਉਹਦੇ ਵਿੱਚ ਆਇਆ ਹੋਣਾ ਪੋਟੇ 'ਚ ਠੀਕ ਆ, ਜਦੋਂ ਇੱਧਰੋਂ ਨੀਮਾ ਹੋਣਾ ਨਾ ਉਹਦੇ ਨਾਲ ਹੀ ਸਾਫ਼ ਹੋ ਜਾਣੀ ਹੈ ਠੀਕ ਆ, ਉਹ ਨੀਮਾ ਅਗਰ ਚੱਲ ਗਿਆ ਹਾਂਜੀ, ਜਦੋਂ ਚੱਲ ਗਿਆ ਫਿਰ ਉਹਨੂੰ ਮਾਰੋ ਸੇਕੇ ਸੁੱਕੇ ਠੀਕ ਆ, ਉਸ ਤੋਂ ਬਾਅਦ ਤੁਸੀਂ ਦੇਣੀ ਜਿਹੜੀ ਤੁਸੀਂ ਪਹਿਲੇ ਦਿਨ ਗੋਲੀ ਲਾਈ ਆ ਨਾ ਹਾਂਜੀ, ਉਹ ਅੱਧੀ ਗੋਲੀ ਤੁਸੀਂ ਦੇ ਦੇਣੀ ਆ, ਜਿਹੜੀ ਤੁਸੀਂ ਪਹਿਲੇ ਦਿਨ ਕਬੂਤਰ ਨੂੰ ਲਾ ਕੇ ਛੱਡੀ ਆ ਠੀਕ ਆ, ਅੱਧੀ ਗੋਲੀ ਦੇ ਦੇਣੀ ਉਹੀ, ਹਾਂ ਉਹੀ ਠੀਕ ਆ, ਦੇ ਕੇ ਉੱਤੋਂ ਪੂਰੇ 11 ਬਦਾਮ ਦੇਣੇ ਆ ਠੀਕ ਆ, ਇਹ ਦੋ ਲੈ ਕੇ ਆਓ ਸ਼ਾਮ ਨੂੰ, ਜਿੰਨੀ ਮਰਜ਼ੀ ਗਰਮੀ ਪਵੇ ਆਪਾਂ ਨੂੰ ਕੋਈ ਨਹੀਂ ਮਸਲਾ ਠੀਕ ਆ, ਦੇਣੇ 11 ਹੀ ਆ, 11 ਬਦਾਮ ਦੇਣੇ ਠੀਕ ਆ, 11 ਬਦਾਮ ਦੇ ਕੇ ਠੀਕ ਆ, ਉੱਤੋਂ ਤੁਸੀਂ ਜਿਹੜਾ ਗਾਲਾ ਦੇਣਾ ਜਿਹੜਾ ਮੋਰ ਹਾਂਜੀ, ਇੱਥੇ ਮੈਂ ਬੰਦਿਆਂ ਦੇ ਇੰਟਰਵਿਊ ਸੁਣਿਆ ਕਿ ਬੰਦੇ ਕਹਿੰਦੇ ਠੰਡੇ ਕਬੂਤਰ ਨਹੀਂ ਉੜਦੇ, ਪਤਾ ਨਹੀਂ ਕਿੱਥੇ ਸ਼ਿਕਾਰ ਕਰਦੇ ਫਿਰਦੇ ਆ, ਸਹੀ ਗੱਲ ਠੀਕ ਹੈ ਨਹੀਂ ਹਾਂਜੀ, ਅੱਲਾ ਦੀ ਕਸਮ ਹੈ ਪਤਾ ਨਹੀਂ ਕਿੱਥੇ ਸ਼ਿਕਾਰ ਕਰਦੇ ਪਿਆ, ਅਸੀਂ ਭੈਣ ਦੇ ਸਾਲ ਕਬੂਤਰ 18 ਦਿਨ ਜਿਹੜਾ ਠੰਡੇ ਪਾਉਂਦੇ ਡਾਤਾ ਕਬੂਤਰ, ਹਾਲਾਂਕਿ ਉਦੋਂ ਮੌਸਮ ਵੀ ਥੋੜੇ ਜਿਹਾ, ਹਾਂ ਮੌਸਮ ਵੀ ਹਾਂਜੀ, ਇਹ ਜਿਹੜਾ ਗਾਲਾ ਨਾ ਇਹ ਸਭ ਤੋਂ ਪਹਿਲਾਂ ਜਿਹੜਾ ਖਮੀਰਾ ਕਾਜਮਾ ਲੈਣਾ, ਉਹਨੂੰ ਧੁੱਪੇ ਰੱਖ ਕੇ ਉਦੋਂ ਇੱਦਾਂ ਕਰਨਾ ਨਾ, ਜਦੋਂ ਧੁੱਪੇ ਰੱਖਣਾ ਉਹਦਾ ਸੀਰਾ ਕੇ ਸਾਈਡ ਤੇ ਹੋ ਜਾਣਾ, ਬਾਕੀ ਬਾਕੀ ਮਜੂਨ ਤੁਹਾਡੇ ਕੋਲ ਬਚ ਜਾਣੀ, ਇੱਦਾਂ ਹੀ ਖਮੀਰਾ ਮਰਵਰੀਡ ਕਰਨਾ ਠੀਕ ਆ, ਦੋ ਛਾਵਾਂ ਹੋ ਗਈਆਂ, ਗੋਜ਼ਮਾਨ ਤੇ ਮਰਵਰੀ ਦੋਵੇਂ ਲੈ ਲੈਣੇ ਹਾਂਜੀ, ਤੀਸਰੀ ਦਵਾ ਮਿਕਸ ਠੀਕ ਆ, ਅੰਮ੍ਰਿਤ ਜਵਾਹਰਦਾਰ ਠੀਕ ਆ, ਇਹ 3 ਛਾਵਾਂ ਹੋ ਗਈਆਂ, ਅੰਮ੍ਰਿਤ ਲੈਣੀ ਹੈ ਹਾਂਜੀ ਠੀਕ ਆ, ਇਹ 3 ਛਾਵਾਂ ਹੋ ਗਈਆਂ, ਤੁਸੀਂ ਪਿਆਲੀ ਲੈ ਲੈਣੀ ਆ, ਜਿਹੜਾ ਕਾਲਾ ਚਣਾ ਰੱਗ ਲਾਗੇ ਰੱਖ ਲੈਣਾ ਵਾ, ਉਹਨਾਂ ਹੀ ਖਮੀਰਾ ਕਾਜਮਾਨ, ਤਿੰਨੇ ਬਰਾਬਰ ਮਕਦਾਰ ਚ ਲੈ ਲੈਣੇ, ਨਹੀਂ ਨਹੀਂ ਹਾਂ, ਇਹ ਕਾਲੇ ਚਣੇ ਜਿੰਨਾ ਖਮੀਰਾ ਕਾਜਮਾਨ ਠੀਕ ਆ, ਇੰਨਾ ਹੀ ਖਮੀਰਾ ਮਰਵਰੀਨ ਹਾਂ, ਦੋ ਜਿਹੜੇ ਚਣੇ ਦਾਲ ਜਿਹਨੀ ਦਵਾ ਮਿਕਸ ਠੀਕ ਆ, ਉਹ ਡਬਲ ਲੈਣੀ ਹੈ ਬਾਕੀ ਸਿੰਗਲ, ਹਾਂਜੀ ਠੀਕ ਆ, ਇਹਦੇ ਵਿੱਚ ਤੁਸੀਂ ਇੱਕ ਪਾਣਾ ਸੋਨੇ ਦਾ ਵਰਗ ਅਸਲੀ ਲੱਭ ਗਿਆ ਦੇ ਠੀਕ ਆ, ਸੋਨੇ ਦਾ 3 ਪਾਣੇ ਚਾਂਦੀ ਦਾ ਵਰਗ ਠੀਕ ਆ, ਠੀਕ ਆ, ਕੁਛ ਤਾਂ ਫਲਾਤ ਹੁੰਦਾ ਕਲੇਜੀ ਕਲਰ ਦਾ, ਹੁਣ ਵੇਖਣਾ ਲੋਕੀ ਕਹਿੰਦੇ ਠੰਡੇ ਕਬੂਤਰ ਨਹੀਂ ਉੜਦੇ, ਹੁਣ ਇਹ ਠੰਡਾ ਵਾ ਹਾਂਜੀ, ਕੁਛ ਫਲਾਤ ਨੂੰ ਬੰਦੇ ਗਰਮ ਸਮਝਦੇ ਆ, ਹਾਂਜੀ ਫਲਾਤ ਦਾ ਤੁਸੀਂ ਇੱਕ ਅੱਧਾ ਲੈਣੀ ਚੁਟਕੀ, ਆ ਵੇ ਜਿਹੜੀ ਇਹਦੇ ਵਿੱਚ ਆ ਜੇ ਛੋਟੀ, ਹਾਂਜੀ ਇਹਦੇ ਵਿੱਚ ਠੀਕ ਆ, ਇਹਦੇ ਵਿੱਚ ਪਾ ਕੇ ਇਹਨੂੰ ਮਿਕਸ ਕਰ ਲੈਣਾ ਠੀਕ ਆ, ਤਿੰਨਾਂ ਉਂਗਲਾਂ ਦੇ ਚੁੰਡੇ ਭਰ ਕੇ ਅੰਗੂਰਾਂ ਦੇ ਖਾਣ ਦੀ, ਜਿਹਨੂੰ ਆਪਾਂ ਗਲੂਕੋਸ਼ ਕਹਿੰਦੇ ਆ, ਹਾਂ ਗਲੂਕੋਸ਼ ਦੀ ਵੀ ਕਹਿੰਦੇ ਆ, ਹਾਂਜੀ ਹਾਂ, ਤਿੰਨਾਂ ਉਂਗਲਾਂ ਦੇ ਦਾ ਚੁੰਡੇ ਭਰ ਕੇ ਦਾ ਗਲੂਕੋਸ਼ ਦੀ ਵਿੱਚ ਪਾ ਕੇ ਗਾਲਾ ਬਣਾ ਲੈਣਾ ਠੀਕ ਆ, ਇਹ ਬਦਾਮਾਂ ਉੱਤੋਂ ਦੇ ਦੇਣਾ ਕਬੂਤਰ ਨੂੰ, ਹਾਂਜੀ ਠੀਕ ਆ, ਤੁਸੀਂ ਦੇਖੋ ਨਾ ਲੋਕੀ ਕਹਿੰਦੇ ਕਿ ਭੈਣ ਜੋ ਕਬੂਤਰ ਨੂੰ ਮੋੜ 'ਚ ਆਉਂਦਿਆਂ ਗਰਮ ਕਰਨਾ ਚਾਹੀਦਾ, ਹਾਂ ਉਹ ਭਾਈ ਤੁਸੀਂ 5 ਵਜੇ ਪਲਟਾਇਆ, ਉਹ ਸਵੇਰ ਨੂੰ 26 ਘੰਟੇ ਬਾਅਦ ਕਬੂਤਰ ਆਉਂਦਿਆ, ਹਾਂਜੀ ਤੇ ਉਹਨੂੰ ਗਰਮ ਕਰਕੇ ਹੋਰ ਉਹਨੂੰ ਮਾਰਨਾ ਵਾ, ਤਾਂ ਤੇ ਕਬੂਤਰ ਖੁਸ਼ ਹੋ ਕੇ ਹਰਦੇ ਆ, ਹਾਂਜੀ ਠੀਕ ਹੈ ਨਹੀਂ ਠੀਕ, ਉਹ ਬਾਬਾ ਜੀ ਜਦੋਂ ਉਹ ਗਲੂਕੋਸ਼ ਤਾਂ ਪਾਈਦਾ ਵਾ, ਬੰਦਾ ਬਿਮਾਰ ਹੋਏ ਤਾਂ ਗਲੂਕੋਸ਼ ਦੀ ਬੋਤਲ ਲਾਉਂਦੇ ਆ, ਜਦੋਂ ਗਲੂਕੋਸ਼ ਪਾਈਦਾ ਨਾ ਜਦੋਂ ਕਬੂਤਰ ਨੂੰ ਪਾਣੀ ਦੇਈਦਾ ਉਹਦਾ ਪੂਰਾ ਜਿਸਮ ਫਰੈਸ਼ ਹੋ ਜਾਂਦਾ, ਠੰਡਾ ਹੁੰਦਾ ਵਾ, ਧੁੱਪ ਲੱਗਦੀ ਕਬੂਤਰ ਉੜਦਾ ਬਿਲਕੁਲ, ਹਾਂਜੀ ਉਹ ਗਾਲਾ ਦੇ ਕੇ ਉੱਤੋਂ ਫਿਰ ਇੱਕ ਗੋਲੀ ਜਿਹੜੀ ਪਹਿਲਾਂ ਦਿੱਤੀ ਉਹ ਦੇ ਕੇ ਤੇ 30 ਅੰਬਲੇ 35 ਪਾਣੀ ਦੇ ਕੇ ਡਾ ਦਿਓ, ਅਗਰ 1.5 ਘੰਟਾ ਕਬੂਤਰ ਕੱਢ ਗਿਆ ਅੱਲਾ ਦੇ ਹੁਕਮ ਦੇ ਨਾਲ ਆਪਣਾ ਜੇਤਵਾਰ ਕਬੂਤਰ ਹੈ ਠੀਕ ਹੈ, ਹਾਂਜੀ ਇਹ ਇਹੋ ਹੀ ਮੋੜ ਆ, ਔਰ ਇਹ ਨੇ ਕਿ ਬੜਾ ਯਾਰ ਵੈਸੇ ਨਾ ਕਮਾਲ ਵਾਲੀ ਗੱਲ ਆ, ਬੰਦੇ ਜਿਹੜੇ ਇੱਥੇ ਬੜੀਆਂ ਬੰਦੇ ਨੇ ਗੱਲਾਂ ਦੱਸਦੀਆਂ, ਇੱਥੇ ਸ਼ਿਕਾਰੀ ਜਿਹੜੇ ਝੂਠ ਬੋਲਦੇ ਆ ਗੱਲ ਉਹਦੀ ਸੱਚੀ, ਵੀ ਟਰੱਕ ਦੀ ਬੱਤੀ ਪਿੱਛੇ ਲਾਇਆ ਤਾਂ ਸਿੱਧੀ ਗੱਲ ਕੋਈ ਨਹੀਂ ਕਰਦੇ, ਆਪਣੇ ਵੀ ਲੈਣ ਦੇ ਚੱਕਰਾਂ 'ਚ ਹੀ ਆ, ਤੇ ਇਸ ਬੰਦੇ ਦੇ ਮੈਂ ਮੂੰਹ ਤੇ ਤਾਰੀਫ ਨਹੀਂ ਕਰਦਾ, ਮੈਨੂੰ ਤਾਂ ਫਿਰ ਸਾਰਾ ਰਿਕਾਰਡ ਦਾ ਪਤਾ ਨਾ ਕਿਵੇਂ ਕਬੂਤਰ ਉੜਦੇ ਆ ਚੰਗੇ ਉੜਦੇ ਆ, ਗੱਲਾਂ ਜਿਹੜੀਆਂ ਖਰੀਆਂ ਕਰਨ ਵਾਲਾ ਬੰਦਾ ਹੁੰਦਾ ਸੱਚਾ ਵੀ ਹੋਈ ਹੁੰਦਾ, ਤੇਰੇ ਸਾਹਮਣੇ ਭਾਈ ਸਾਹਿਬ ਕਿੰਨੀ ਵਰਗਾ ਗਰਮੀ ਪਈ ਆ, ਬਹੁਤ ਜ਼ਿਆਦਾ ਗਰਮੀ ਪਈ ਆ, ਮੀਆਂ ਚੰਨੂ ਸੱਚਾ ਕਰਮਾਲੀ ਵਾਲੇ 9 ਦੜੇ ਉੱਡੇ ਆ, ਹਾਂਜੀ 5 ਤੇਰੇ ਭਰਾ ਨੇ ਮਾਰੇ ਆ, ਜਿਹੜੇ ਦੜੇ ਹਰੇ ਆਂਟ ਤੇ ਆਪਾਂ ਹਰੇ ਆ, ਮੈਂ ਭਾ ਅੱਜ ਦੇ ਬਣੀ ਆ, ਮੈਨੂੰ ਤਾਂ ਪਤਾ ਠੀਕ ਨਹੀਂ, ਹਾਂ ਬਾਕੀ ਪੀਰ ਮਹਲ 14 ਚੱਕ 16 ਚੱਕ ਹਾਂਜੀ ਇੱਕ ਲੱਗੇ 28 ਚੱਕ 33 ਕਬੂਤਰ ਉੱਡੇ, ਮਾਸ਼ਾਅੱਲਾ ਗਰਮੀ ਉਦੋਂ 46 ਸੀ, ਆਪਣਾ ਕਬੂਤਰ 4:30 ਵਜੇ ਇੱਕ ਨਾਲ ਬਰਾਬਰ ਹੋਇਆ ਤੇ 4:45 ਬੈਠਾ, ਕਿਉਂਕਿ ਮੈਨੂੰ ਪਤਾ ਜੀ ਬਹੁਤ ਲਾ ਤਾਦਾਦ ਦੜੇ ਜਿੱਤੇ ਆ ਦੂਸਰਾ ਵਿੱਚ ਕਹਿਰਾਂ ਵਿੱਚ, ਕਿਉਂਕਿ ਮੇਰੀ ਤੇ ਇਹਦੀ ਤੇ ਫੋਨ ਉੱਤੇ ਫਿਰ ਰੋਜ਼ ਗੱਲਬਾਤ ਹੁੰਦੀ ਆ,
ਇਹ ਕਬੂਤਰਬਾਜ਼ੀ ਤੋਂ ਇਲਾਵਾ ਦੋਸਤੀ ਆ ਤੇ ਫਿਰ ਉਹ ਪਿਆਰ ਆ ਫਿਰ ਇੱਕ ਦੂਸਰੇ ਨਾਲ ਗੱਲਾਂ ਜਿਹੜੀਆਂ ਉਹ ਸਾਂਝੀਆਂ ਹੁੰਦੀਆਂ ਉੱਥੇ ਜਿਹੜਾ ਮੇਰਾ ਸ਼ਾਗਿਰਦ ਆ ਉਹ ਅਸਲ ਬਲੋਚ ਅੱਛਾ ਠੀਕ ਹੈ ਉਹ 3 ਸਾਲ ਹੋ ਗਏ ਮੈਨੂੰ ਕਹਿੰਦਾ ਯਾਰ ਉਸਤਾਦ ਮੈਨੂੰ ਸ਼ਾਗਿਰਦ ਕਰ ਮੈਂ ਕਿਹਾ ਯਾਰ ਤੂੰ ਮੇਰੇ ਕੋਲ ਉੱਦਾਂ ਜਿਹੜੀ ਸ਼ਹਿ ਲੈਣੀ ਲੈ ਲਾ ਸਾਰੀ ਦੁਨੀਆ 'ਚ ਲਈ ਜਾਂਦੀ ਹੈ ਤੂੰ ਮੇਰੇ ਕੋਲ ਉੱਦਾਂ ਜਿਹੜੀ ਸ਼ਹਿ ਲੈਣੀ ਲੈ ਲਾ ਕਹਿੰਦਾ ਨਹੀਂ ਯਾਰ ਉਸਤਾਦ ਮੈਂ ਤੇਰੇ ਪੱਗ ਬੰਨਣੀ ਹੈ ਮਾਸ਼ਾਅੱਲਾ ਅੱਜ ਕੱਲ੍ਹ ਸ਼ਾਗਿਰਦ ਹੋ ਗਿਆ ਇਹ 6 ਮਹੀਨੇ ਹੋ ਗਏ ਸਿਆਲਾਂ 'ਚ ਸ਼ਾਗਿਰਦ ਹੋਇਆ ਮਾਸ਼ਾਅੱਲਾ 18-19 ਕਬੂਤਰ ਆ ਕੇ ਜਿੱਤ ਖਲੋਤੇ ਉਹਦੇ ਵਾਹ 6ਵੇਂ ਦਿਨ ਵੀ ਇੱਕ 7ਵੇਂ ਦਿਨ ਵੀ ਜਿੱਤਿਆ ਦੂਸਰਾ ਤੀਸਰਾ ਇਦਾਂ ਜਿਹੜੇ ਤੀਸਰਾ ਤੇ ਨਹੀਂ ਦੂਸਰਾ ਤੇ 6ਵੇਂ ਦਿਨ 7ਵੇਂ ਦਿਨ ਇਹ ਜਿੱਤਿਆ ਪਹਿਲੇ ਦਿਨ ਵੀ ਕਿੰਨੇ ਦੜੇ ਜਿੱਤਿਆ ਤੇ ਮਾਸ਼ਾਅੱਲਾ ਬੜਾ ਸ਼ੌਕ ਹੈ ਇੰਨਾ ਕੁਛ ਹੀ ਹੁੰਦਾ ਵਾ ਬਿਲਕੁਲ ਕੀ ਗੱਲ ਆ ਕੋਈ ਹੋਰ ਮੈਸੇਜ ਦੇਣਾ ਚਾਹੁੰਦੇ ਹੋ ਕਬੂਤਰਬਾਜ਼ੀ ਦੇ ਬਾਰੇ ਚ ਮੈਸੇਜ ਜਿਹੜਾ ਹੈ ਪਿਆਰ ਮੈਂ ਬਦਲਣਾ ਕਰਨਾ ਚਾਹੀਦਾ ਸ਼ੌਕ ਸੇਲ ਭਾਈ ਤੇ ਵੇਖ ਕੇ ਯਾਰ ਬਣਾਉਣੇ ਚਾਹੀਦੇ ਆ ਠੀਕ ਹੈ ਅੱਛੀ ਦੋ ਬੰਦਾ ਜਿਹੜਾ ਗੱਲ ਸੁਣਾ ਯਾਰ ਆ ਸੱਜਣਾ ਡੰਗਿਆ ਹੋਇਆ ਬੰਦਾ ਠੀਕ ਹੈ ਭਾਈ ਜਿਆ ਵੀ ਮੈਨੂੰ ਮਿਲਿਆ ਅਸਲ ਬੰਦਾ ਠੀਕ ਹੈ ਸਿੱਧੂ ਨੇ ਬਹੁਤ ਧੋਖੇ ਖਾਧੇ ਆ ਤੇ ਅੱਲਾ ਦੇ ਹੁਕਮ ਨਾਲ ਜਿੰਨੇ ਦੁਨੀਆ ਨੇ ਮੈਨੂੰ ਧੋਖੇ ਦਿੱਤੇ ਉਹਨੇ ਮੇਰਾ ਰੱਬ ਨੇ ਨਾਂ ਕੱਢਿਆ ਨਾਂ ਕੱਢਿਆ ਸਹੀ ਸੇਲ ਭਾਈ ਇੱਕ ਛੋਟੀ ਜਿਹੀ ਗੱਲ ਹਾਂਜੀ ਦੁਨੀਆ ਦੇ ਹਰ ਸ਼ੈ ਦੀ ਨਕਲ ਹੋ ਜਾਂਦੀ ਆ ਹਰ ਚੀਜ਼ ਦੀ ਨਕਲ ਹੋ ਜਾਂਦੀ ਦੁਨੀਆ ਦੇ ਇੱਕ ਕਬੂਤਰਬਾਜ਼ੀ ਜਿਹੜੀ ਨਕਲ ਕਰਕੇ ਨਹੀਂ ਹੁੰਦੀ ਇਹ ਦੱਸੀ ਹੋਈ ਗੱਲ ਤੇ ਅਮਲ ਹੁੰਦਾ ਤੇ ਬੰਦਾ ਕਾਮਯਾਬ ਪ੍ਰੈਕਟੀਕਲ ਨਾਲ ਹੁੰਦੀ ਹੈ ਠੀਕ ਹੈ ਜੀ ਦੇਖਣ ਵਾਲੇ ਸਾਡੇ ਬੰਦਿਆਂ ਨੂੰ ਯਾਰ ਬੜੀ ਵੱਡੀ ਭਾਈ ਸਾਹਿਬ ਨੇ ਗੱਲ ਕਰਤੀ ਵੀ ਕਬੂਤਰਬਾਜ਼ੀ ਹੈ ਜਿਹੜੀ ਇਹ ਨਕਲ ਨਾਲ ਨਹੀਂ ਹੁੰਦੀ ਨਕਲੀਏ ਜਿਹੜੇ ਬੰਦੇ ਹੈ ਹੋਗੇ ਭਾਈ ਸਾਹਿਬ ਅਸੀਂ ਸਾਨੂੰ ਵੀ ਬੜਾ ਪਤਾ ਹੋਣਾ ਨਕਲੀਆਂ ਦਾ ਤੇ ਜਿਹੜੇ ਨਕਲੀਏ ਆ ਇਸ ਕਰਕੇ ਉਹਨਾਂ ਤੋਂ ਬਚੋ ਜਿਹੜੇ ਅਸਲ ਬੰਦਾ ਵਾ ਤੁਹਾਨੂੰ ਪਤਾ ਵਾ ਜਿਹੜਾ ਅੱਛਾ ਕਬੂਤਰਬਾਜ਼ ਉਹਦਾ ਯਾਰ ਪਤਾ ਹੁੰਦਾ ਨਕਲੀਏ ਕਿਹੜਾ ਅੱਛਾ ਕਬੂਤਰਬਾਜ਼ ਆ ਤੇ ਅਸਲ ਬੰਦਿਆਂ ਵਾਂਗ ਲੱਗੋ ਨਕਲੀਆਂ ਨੂੰ ਤੇ ਜਨਵਨ ਉਸਤਾਦਾਂ ਦੇ ਨਾਲ ਜਨਵਨ ਹੀ ਬੰਦੇ ਹੋਣੇ ਭੱਬਦੇ ਵੀ ਉਹ ਹੀ ਨੇ ਹਾਂਜੀ ਉਹ ਹੋਣੇ ਜ਼ਰੂਰੀ ਆ ਤੇ ਅਸੀਂ ਤੇ ਉਹ ਲੱਭਦੇ ਆਪਣਾ ਅੱਧਾ ਸ਼ਿਕਾਰ ਛੱਡ ਲਿਆ ਭਾਈ ਹਾਂਜੀ ਜੇ ਪੰਡਾਂ ਨਾਲ ਬੰਦੇ ਇਕੱਠੇ ਕਰੀਏ ਯਕੀਨ ਮੰਨੋ ਵੀ ਮੈਂ 10 ਟਰੱਕ ਬੰਦੇ ਜਿਹੜੇ ਨਾ ਇਦਾਂ ਦੇ ਜਿਹੜੇ ਹੁੰਦੇ ਆ ਜਿਹੜੇ ਐਵੇਂ ਪੱਗਾਂ ਸਿਰ ਤੇ ਬੰਨੀਆਂ ਤੋਪਾਂ ਬਣਾਈਆਂ ਵੀ ਬੜੇ ਬੜੇ ਵੱਡੇ ਜੁਮਾ ਜੁਮਾ 8 ਦਿਨ ਹੁੰਦੇ ਨੀਗੇ ਉਹ ਫਿਰ ਇਹਨਾਂ ਨੇ ਦੇਖ ਕੇ ਸਾਨੂੰ ਵੀ ਸ਼ਰਮ ਜੀ ਆਉਣ ਲੱਗ ਪਈ ਸ਼ਿਕਾਰ ਤੋਂ ਇਸ ਤੋਂ ਅਸੀਂ ਭਾਈ ਤੇ ਸਾੜ ਹੋਏ ਇਹ ਕਹਿੰਦਾ ਭਾਈ ਸਾਹਿਬ ਮੈਂ ਵੀ ਇਸ ਗੱਲ 'ਚ ਗੱਲ ਕਰਨਾ ਗਾ ਅੱਜ ਆਪਣਾ ਇੰਟਰਵਿਊ ਨੇ ਜਿਹੜਾ ਬੜਾ ਜਜ਼ਬਾਤੀ ਜਿਹਾ ਹੋ ਰਿਹਾ ਹਕੀਕਤ ਗੱਲ ਆ ਇਹ ਕਹਿੰਦਾ ਆਪਣਾ ਇੰਡੀਆ ਦਾ ਬੜਾ ਸਾਡਾ ਭਾਈ ਹਰ ਬੱਜਣ ਮਾਨ ਬੜਾ ਟੌਪ ਦਾ ਸਿੰਗਰ ਬੜੀਆਂ ਅੱਛੀਆਂ ਗੱਲਾਂ ਕਰਦਾ ਉਹਨੇ ਕਿਹਾ ਜਿਹੜੇ ਦਰਖਤ ਹੁੰਦੇ ਆ ਨਾ ਉਹ ਦੂਰੋਂ ਬਹੁਤ ਵੱਡੇ ਲੱਗਦੇ ਆ ਜਦੋਂ ਨੇੜੇ ਆਪਾਂ ਆਉਂਦੇ ਉਦੋਂ ਛੋਟੇ ਹੋ ਜਾਂਦੇ ਜਿਹੜਾ ਇਨਸਾਨ ਹੁੰਦਾ ਇਹ ਦੂਰੋਂ ਬਹੁਤ ਵੱਡਾ ਹੁੰਦਾ ਉਹ ਦੂਰੋਂ ਸਿਰ ਬਹੁਤ ਛੋਟਾ ਲੱਗਦਾ ਜਦੋਂ ਨੇੜੇ ਆਉਂਦਾ ਇਹ ਉਹ ਹੋ ਜਾਂਦਾ ਇਸ ਕਰਕੇ ਇਨਸਾਨ ਆ ਨਾ ਜਿਹੜਾ ਇਹਦੀ ਪਹਿਚਾਣ ਜਿਹੜੀ ਹੈ ਨਾ ਜੀ ਮਸਲੋ ਦਾ ਮਕਸਦ ਕਹਿਣ ਦਾ ਇਹ ਆ ਕਿ ਇਹਦੇ ਨਾਲ ਮਿਲ ਵਿਰਤ ਕੇ ਬੰਦੇ ਨੂੰ ਪਤਾ ਲੱਗਦਾ ਵੀ ਇਹ ਕੀ ਚੀਜ਼ ਆ ਇਸ ਕਰਕੇ ਦੂਰੋਂ ਦੇਖ ਕੇ ਬੰਦੇ ਦੇ ਚਿਹਰੇ ਤੋਂ ਉਹਦੇ ਲਿਬਾਸ ਤੋਂ ਬੰਦੇ ਦੀ ਕੋਈ ਪਹਿਚਾਣ ਨਹੀਂ ਸਾਡੇ ਦੋਸਤ ਨੇ ਪੈਸ ਲੈ ਆਣਾ ਸਾਰੇ ਬੈਠੇ ਆ ਸ਼ਿਕਾਰ ਹਾਂਜੀ ਆਪ ਜੀ ਦੁਬਈ ਆ ਹਾਂਜੀ ਇਸ ਬੰਦੇ ਨਾਲ ਮੇਰੇ ਮੈਂ ਘਰੋਂ ਨਿਕਲਾਂ ਨਾ ਤੇ ਯਕੀਨ ਮੰਨੋ ਵੀ ਭਾਗਪੁਰ ਤੱਕ ਮੈਨੂੰ ਇਹ ਨਹੀਂ ਪਤਾ ਮੈਂ ਜਾਣਾ ਕਿਤੇ ਕੋਲੇ ਅਸੀਂ ਰੀਅਲ ਸਟਾਰ ਰਹੇ ਹਾਂ ਰੀਅਲ ਬਗੈਰ ਸੋਸ਼ਲ ਮੀਡੀਆ ਤੋਂ ਪਹਿਲਾਂ ਅਸੀਂ ਲੋਕ ਸਾਨੂੰ ਜਾਣਦੇ ਆ ਬਿਲਕੁਲ ਇਹਦੀ ਕੋਈ ਸ਼ੱਕ ਨਹੀਂ ਉਹ ਹੀ ਆਪਣੀ ਇੱਜ਼ਤ ਇੰਨੀ ਵੱਡੀ ਸਮਝਦੇ ਵੀ ਸ਼ਾਇਦ ਅਸੀਂ ਇਸ ਨੂੰ ਵੱਡੀ ਇੱਜ਼ਤ ਨਹੀਂ ਸਮਝਦੇ ਹਾਂਜੀ ਹੁਣ ਜਿਹੜੇ ਬੰਦੇ ਅੱਜ ਕੱਲ੍ਹ ਖੱਚ ਜੀ ਮਾਰਦਨ ਟਿਕਟੋਕ ਤੇ ਚਵਲ ਜੀ ਮਾਰਦਨ ਉਹ ਬੰਦੇ ਬਹੁਤੇ ਪਾਪੂਲਰ ਹੋ ਰਹੇ ਆ ਇੱਕ ਹਾਨੀ ਦੀ ਕਰਤੂਤ ਨਹੀਂ ਹੁੰਦੀ ਝੂਠ ਮਾਰਿਆ ਹੁੰਦਾ ਤੇ ਉਹ ਅਗਲੇ ਬੰਦੇ ਪਤਾ ਨਹੀਂ ਫੀਲ ਕੀ ਕਰ ਰਹੇ ਇਹਨੇ ਪਤਾ ਨਹੀਂ ਕੀ ਦੱਸ ਦਿੱਤਾ ਰੀਅਲ ਬੰਦਾ ਕਦੀ ਵੀ ਗਲਤ ਗੱਲ ਨਹੀਂ ਕਰੇਗਾ ਔਰ ਸਾਫ਼ ਬੰਦਾ ਹਮੇਸ਼ਾ ਸਹੀ ਗੱਲ ਕਰੇਗਾ ਆਸ ਬੰਦੇ ਦੇ ਨਾਲ ਸਾਡੀ ਲੱਗਣ ਦੀ ਵਜ੍ਹਾ ਕੀ ਹੈ ਜੀ ਹਾਂਜੀ ਇਹ ਦਿਲ ਦੇ ਜਾਨ ਦੇ ਨਾਲ ਮੁਖਲਸ ਹੈ ਮੁਖਲਸਾ ਪੁੱਛੇ ਨਾ ਸਹੀ ਇਮਾਨਦਾਰੀ ਹਾਲਾਂਕਿ ਇਹਨੂੰ ਬੰਦੇ ਆ ਜਿਹੜੇ ਉਹ ਧੋਖਾ ਦੇਣ ਵਾਲੇ ਆ ਅਸੀਂ ਦੱਸਦੇ ਸਹੀ ਹੋਇਆ ਅਸੀਂ ਕਿਹਾ ਭਾਈ ਸਾਡੀ ਜਾਨ ਵੀ ਹਾਲਾਂ ਦੇ ਸਪਰਾ ਹਾਂਜੀ ਅਸਲ 'ਚ ਹੁਣ ਦੌਰ ਪਤਾ ਕੀ ਚੱਲ ਗਿਆ ਭਾਈ ਸਾਹਿਬ ਹੁਣ ਬੰਦਿਆਂ ਨੇ 10 ਬੜੀਆਂ ਨਹੀਂ ਇਮਾਨਦਾਰੀ ਦੀ ਗੱਲ ਹੈ ਤੇ ਟਿਕਟੋਕ ਤੇ ਯੂਟਿਊਬ ਤੇ ਜਨਾਬ ਜੀ ਉਹ ਮੋਟੀਵੇਸ਼ਨ ਸਪੀਕਰ ਬਣ ਕੇ ਬੈਠੇ ਆ ਭਾਈ ਸੇਲ ਜਦੋਂ ਮੈਂ ਕਿੱਧਰ ਸਿੜਦਾ ਲਾਤਾ ਨਹੀਂ ਆਖੇ ਸਭ ਤੋਂ ਪਿੰਡ ਚ ਮੱਠੀ ਕਬੂਤਰੀ ਮੇਰੇ ਸ਼ਗਿਰਦ ਦੀ ਉੱਡਦੀ ਸੀ ਠੀਕ ਹੈ ਇੱਥੇ ਬੰਦਿਆਂ ਰਲ ਕੇ ਮੇਰਾ ਕੇ ਸ਼ਗਿਰਦ ਪਾ ਦਿੱਤਾ ਨਾਈ ਬਰਾਦਰੀ ਦਾ ਜਲ ਸ਼ਿੱਧੂ ਵੀ ਰੌਲਾ ਪਾਉਂਦਾ ਉਹ ਵੀ ਨਾਲ ਦੋਵੇਂ ਇਕੱਠੇ ਰੌਲੇ ਪਾਉਂਦੇ ਰਹਿਣਗੇ ਜਦੋਂ ਮੇਰਾ ਉਹਨਾਂ ਨੇ ਸ਼ਗਿਰਦ ਕਰਾਇਆ ਨਾ ਮੈਂ ਉੱਥੇ ਚਾਲੇ ਕਰਦਾ ਮੈਂ ਐਸਾ ਦੜਾ ਇਹਨੂੰ ਜਿਤਾਵਾਂਗਾ
ਕਿ ਸਾਰੀ ਜ਼ਿੰਦਗੀ ਬੰਦੇ ਯਾਦ ਰੱਖਣਗੇ। ਠੀਕ ਹੈ, ਇੱਥੇ ਸਾਡੇ ਪਿੰਡ ਮੋਟਰਸਾਈਕਲ ਦਾ ਪੁਆਇੰਟ ਹੋ ਗਿਆ ਅਤੇ ਕਬੂਤਰੀ ਮੈਨੂੰ ਮੀਆਂ ਚੰਨੂ ਸਾਚਾ ਕਰਮਾਲੀ ਵਾਲੇ ਨਾਲ ਤੋਹਫਾ ਭੇਜਿਆ, ਖੱਟੀਆਂ ਖੰਡੀਆਂ ਅਲਫਨੋਕੀ ਕਬੂਤਰੀ। ਇਸ ਬੰਦੇ ਨੂੰ ਮੈਂ ਕਿਹਾ ਤੂੰ ਸਾਂਭ ਕੇ ਛੱਡ ਲਾ, ਇਹ ਕਹਿੰਦਾ ਨਹੀਂ ਰਾਣਾ ਤੂੰ ਛੱਡ ਕਬੂਤਰੀ, ਮੈਂ ਛੱਡੀ ਉਹ ਕਬੂਤਰੀ। ਮੋਟਰਸਾਈਕਲ ਦਾ ਪੁਆਇੰਟ ਹੋਵੇ ਅਤੇ ਇੰਜਨ ਕੋਲ ਮੋਟਰਸਾਈਕਲ ਨਹੀਂ ਤਾਂ ਕਬੂਤਰ ਥੋੜ੍ਹੇ ਉੱਡੇ, 17 ਕਬੂਤਰ ਹੋਏ। ਮੈਂ ਕਬੂਤਰੀ ਛੱਡ ਦਿੱਤੀ, ਕਬੂਤਰੀ ਸਭ ਤੋਂ ਮੱਠੀ ਮੇਰੀ ਵਾਰੀ ਕਰਦੀ, ਬਾਕੀ ਸਾਰਿਆਂ ਦੇ ਕਬੂਤਰ ਤਗੜੇ। ਠੀਕ ਹੈ, ਨੰਬਰ ਸਭ ਤੋਂ ਮਾੜੀ ਤੁਹਾਡੀ, ਨੰਬਰ ਪਹਿਲਾ ਮੇਰਾ ਲਾਈ ਫਿਰਦੇ। ਇਹ ਮੁੰਡਾ ਮਾਨਾ ਲਵਾ ਰਿਹਾ ਅਸੀਂ ਹਵੇਲੀ ਕਬੂਤਰੀ ਸਾਂਭੀ ਅਤੇ ਇਹਨੇ ਮੁਕਰਮ ਨੂੰ ਫੋਨ ਮਾਰਿਆ, ਯਾਰ ਸ਼ਿੱਧੂ ਟੈਨਸ਼ਨ ਵਿੱਚ, ਆਪਣਾ ਬੱਚਾ ਸ਼ਾਮ ਪਾਉਂਦਾ ਪਿਆ ਵਾ ਅਤੇ ਸ਼ਿੱਧੂ ਦੀ ਕਬੂਤਰੀ 12ਵੀਂ ਆਉਂਦੀ ਹੈ ਤਾਂ ਸ਼ਿੱਧੂ ਟੈਨਸ਼ਨ ਵਿੱਚ ਆ। ਉਹ ਮੈਂ ਕਿਹਾ ਉਹਨੂੰ, ਕਿਹਾ ਮੈਂ ਟੈਨਸ਼ਨ ਵਿੱਚ ਨਹੀਂ, ਮੈਂ ਇਹ ਸੋਚਣਾ ਕਿ ਭੈਣ ਚੋ ਰਾਤ ਬਹਿ ਜਾਵੇ ਕਬੂਤਰੀ, ਅੱਲਾ ਦੀ ਕਸਮ ਹੈ। ਮੈਂ ਕਿਹਾ ਮੈਂ ਇਹ ਸੋਚਣਾ ਕਬੂਤਰੀ ਰਾਤ ਬਹਿ ਜਾਵੇ। ਉਹ ਭਾਈ ਮੈਂ ਕਬੂਤਰੀ ਛੱਡੀ ਆ, ਕਬੂਤਰੀ ਨੇ 6:30 ਵਜੇ ਬਰਾਬਰ ਹੋ ਗਈ, ਮੋੜ ਕਰ ਗਿਆ, ਮੋੜ ਕਰ ਗਈ, ਜਿਹੜੇ ਵਿੱਚ ਸਾਰੇ ਤਗੜੇ ਉਸਤਾਦ, ਬਾਬੇ ਆਮੀ ਦੇ ਜਿਹੜਾ ਮੁੰਡਾ ਨਾ ਬੂਟਾ ਉਹਦਾ ਜਵਾਈ ਸੈਫ ਜੱਟ, ਠੀਕ ਹੈ, ਅਸਲ ਸ਼ਿਕਾਰੀ ਇੱਥੇ ਆਏ ਜਿਹਨਾਂ ਨੇ ਕਬੂਤਰ ਛੱਡੇ। ਮੈਂ ਮੋੜ ਲਾਤਾ, ਮੈਂ ਦੱਬੂ ਪੁੱਟ ਕੇ, ਮੈਂ ਮੁੰਡਾ ਉੱਥੇ ਮਾਨਾ ਵਾ, ਉਹਨੂੰ ਮੈਂ ਕਹਿੰਦਾ ਆਪਾਂ ਜਿੱਤਣਾ ਜੋ ਮਰਜ਼ੀ ਕਰ ਲੈਣ ਜਿਹੜਾ ਮਰਜ਼ੀ, ਤੇ ਅੱਲਾ ਦੇ ਹੁਕਮ ਨਾਲ 3 ਵਜੇ ਜਿੱਤ ਗਏ ਤੇ 5 ਉਨੀਆਂ ਤੇ ਕਬੂਤਰੀ ਲਾਏ ਤੇ ਰਾਤ ਮੇਰੇ ਕਬੂਤਰ ਜਾਂਦੇ ਸੀ ਪੁੱਛ ਲਾ 43 ਜਾਂ 44 ਗਰਮੀ ਸੀ ਮੋੜ ਦੇ ਵਿੱਚ, 3 ਵਜੇ ਜਿੱਤ ਗਏ ਕਬੂਤਰ ਉਹਦੇ ਬਹਿ ਗਏ। ਉਹਨੇ ਟਾਈਮ ਲਾਤਾ ਜੀ 4 ਵਜੇ ਤੀਕਰ, ਉਹ 4 ਵਜੇ ਥੋੜੇ ਮੀਟਰ ਰਹਿੰਦੇ ਆ ਗਏ। ਹਾਂਜੀ ਠੀਕ ਹੈ, ਉੱਤੇ ਖਲੋਤੀ ਜਿੱਤੀ ਕਬੂਤਰੀ, ਰਾਤ ਰਹਿੰਦੇ ਸੀ ਮੇਰੇ ਕਬੂਤਰ ਕੱਲੀ ਹੋ ਜਿੱਤੀ ਨਹੀਂ, ਨਾਲ ਮਹਾਨੇ ਦਾ ਬੱਚਾ ਬਰਾਬਰ ਆਇਆ ਉਹ ਚੰਗਾ ਸੀ, ਉਹ ਵੀ ਆਪ ਹੀ ਛੱਡਿਆ ਹਿਸਾਬ ਦਾ, ਇਕੱਠੇ ਹੀ ਛੱਡੇ। ਉਹ ਕਬੂਤਰੀ ਜਿੱਤੀ, ਮੈਂ ਲਿਆ ਕੇ ਉਸ ਮੁੰਡੇ ਦਾ, ਮੈਂ ਕਿੱਦਾਂ ਨੀ ਰਾਜਪੂਤਾਂ ਤੇ ਫਿਰ ਮੈਂ ਦਿਨ ਮਾਰਦੀ, ਜਿਹਨਾਂ ਵਿੱਚ ਉਹ ਜਿਹੜਾ ਬਾਬੇ ਆਮੀ ਦਾ ਮੁੰਡਾ ਬੂਟਾ ਲਾਉਂਦਾ ਜਵਾਈ ਸੈਫ ਜੱਟ, ਅੱਲਾ ਜੰਦ ਨਸੀਬ ਕਰੇ, ਫੌਤ ਹੋ ਗਿਆ ਥੋੜੇ ਦਿਨ। ਅੱਛਾ, ਇੱਕ ਉਹਨੇ ਕਬੂਤਰ ਛੱਡਿਆ, ਉਹਨਾਂ ਦਾ ਲੋਕੀ ਕਹਿੰਦੇ ਆ ਕਿ ਬੱਤੀਆਂ ਦਾ ਸ਼ਿਕਾਰ ਕੱਖ ਨਹੀਂ ਹੈਗਾ। ਠੀਕ ਆ, ਇਹ ਜਿਹੜੇ ਐਵੇਂ ਗਰੁੱਪਾਂ ਜਾਂ ਫੜਾ ਮਾਰਦੇ ਨਾ, ਇਹ ਬੱਤੀ ਵਾਲੇ ਦੇ ਲੈਵਲ ਦੇ ਨਹੀਂ ਹੈਗੇ। ਹਕੀਕਤ ਗੱਲ ਆ ਯਾਰ, ਆ ਸਾਡੇ ਕੋਲ ਸ਼ਿਕਾਰ ਆ, ਸਾਨੂੰ ਪਤਾ ਵਾ। ਠੀਕ ਆ, ਸਾਰਾ ਸ਼ਿਕਾਰ ਬੱਤੀ ਵਾਲੇ ਕੋਲ ਲੈ ਗਏ, ਜਿਹੜੇ ਮੇਨ ਉਸਤਾਦ ਦਾ, ਬੱਤੀ ਵਾਲੇ ਕੋਲ ਸ਼ਿਕਾਰ ਲੈ ਕੇ ਜਿਹੜੇ ਮੇਨ ਉਸਤਾਦ ਆ, ਆਪਣੇ ਮੇਨ ਮੇਨ ਸ਼ਗਿਰਦਾਂ ਨੂੰ ਦੇ ਦਿੰਦੇ ਆ ਸਸਤਾ ਸਮਾਨ। ਠੀਕ ਆ, ਅੱਜ ਮੈਂ ਬਾਅਦ ਇਹ ਗੱਲ ਕਰਨਾ ਚਾਹੁੰਦਾ, ਉਹਦਾ ਸ਼ਿਕਾਰ ਤਗੜਾ ਵਾ। ਠੀਕ ਨੇ, ਵੇਖ ਲਾ ਮੈਂ ਕਿਸੇ ਨੂੰ ਗਰਮੀ ਚ ਮੋੜ ਚ ਮੰਨਦਾ ਨਹੀਂ ਸਹਿਲ ਪਾਈ, ਕਿ ਮੈਂ ਕਹਿੰਦਾ ਮੇਰਾ ਮੋੜ ਤਗੜਾ, ਜੇ ਮੇਰੇ ਨਾਲ ਪੇੜ ਪਿਆ ਤੇ ਬੱਤੀ ਵਾਲੇ ਸ਼ਿਕਾਰ ਨੇ ਪੇੜ ਪਿਆ। ਸਹੀ ਗੱਲ, ਠੀਕ ਆ, ਇੱਕ ਸੈਫ ਜੜਦਾ ਰਹਿ ਗਿਆ, ਇੱਕ ਉਹਦਾ ਸ਼ਗਿਰਦਾ ਰਹਿ ਗਿਆ, ਨਾ ਇੱਕ ਉਹਦਾ ਸ਼ਗਿਰਦਾ ਰਹਿ ਗਿਆ, ਸਾਂਭਿਆ ਹੋਇਆ। ਉਹ ਹੀ 3 ਬੱਤੀ ਵਾਲੇ ਹੜੇ, ਜੇ ਮਾੜਾ ਸ਼ਿਕਾਰ ਹੁੰਦਾ ਤਾਂ ਗਰਮੀ ਚ ਟਮ ਟਮ ਹਰ ਜਾਂਦੇ, ਹਰ ਜਾਂਦੇ। ਸਹੀ ਗੱਲ, ਬੜੀ ਚੰਗੀ ਯਾਰ ਗੱਲ ਕੀਤੀ, ਜਿਹੜੀਆਂ ਸੱਚੀਆਂ ਗੱਲਾਂ ਅਸੀਂ ਅੱਗੇ ਵੀ ਗੱਲ ਕਰਦੇ ਹਾਂ, ਮੈਂ ਅੱਜ ਇੰਟਰਵਿਊ ਆ ਨਾ ਜਿਹੜਾ, ਕੀ ਗੱਲ ਆ, ਬੜਾ ਸੱਚਾ ਜਿਹਾ ਹੀ ਹੋ ਗਿਆ ਪਿੱਛੇ ਦੁਬਾਰ ਬੈਠਾ। ਕਬੂਤਰ ਵੀ ਘਰ ਕੋਈ ਨਹੀਂ ਹੈਗੇ ਆਪਣੇ, ਉਹਨਾਂ ਦਾ ਕਰਦਾ ਕਬੂਤਰ ਪਿੰਡ ਚ ਪੈਨੇ ਆ, ਤਾਂ ਬੰਦਾ ਜਿਹੜਾ ਜਜ਼ਬਾਤੀ ਹੋ ਕੇ ਗੱਲਾਂ ਜਿਹੜਾ ਬੰਦਾ ਹੁੰਦਾ, ਉਹ ਸੱਚਾ ਬੰਦਾ ਹੀ ਗੱਲਾਂ ਕਰਦਾ। ਮੇਰਾ ਯਾਰ ਹੈ ਕਿ ਪੀਰ ਨਾਸਰ 244 ਮੂੰਗੀ ਬੰਗਲੇ ਵਾਲਾ, ਉਹਦੇ ਗਰੁੱਪ ਦੇ ਵਿੱਚ ਕਈ ਵਾਰ ਸਾਡੇ ਗੱਲਾਂ ਹੋਈਆਂ, ਕਈ ਬੰਦੇ ਕਹਿੰਦੇ ਕਿ ਬੱਤੀਆਂ ਦਾ ਸ਼ਿਕਾਰ ਕੁਛ ਨਹੀਂ ਹੈਗਾ, ਜੇ ਕਿਤੇ ਜਿੱਤੇ ਆ ਤੇ ਦੱਸੋ। ਠੀਕ ਹੈ, ਉਹ ਅਸੀਂ ਆਹ ਪੱਲਾ ਦੇ ਬੰਦੇ ਕਈ ਵਾਰ ਉਹਦੇ ਹੱਥ ਛੱਡ ਕੇ ਜਿੱਤੇ ਆ। ਹਾਂਜੀ, ਇੱਥੇ ਮਿਰਜ਼ੇ ਵਾਲੀ ਦੜਾ ਹੋ ਗਿਆ। ਠੀਕ ਹੈ, ਮੈਂ ਮਨ ਨਹੀਂ ਕਰਾਨੀ ਗੱਲ, ਉਦੋਂ ਮੈਂ ਆਪਣੇ ਉਸਤਾਦ ਦਾ ਸ਼ਗਿਰਦ ਨਹੀਂ ਸੀ, ਮੈਂ ਬੱਤੀਆਂ ਦਾ ਸ਼ਿਕਾਰ ਲਵਾ ਜਾਣਾ। ਮੈਂ 44 ਕਰਾ ਤਾ, 5000 ਤੋਂ ਲੈ ਕੇ 50000 ਤੇ ਕਿਹੜਾ ਕਬੂਤਰੀ ਛੱਡ ਦਿੱਤੀ, ਅੱਲਾ ਦੀ ਸਮਝ ਸ਼ਾਮ ਜਿੱਤ ਗਈ। ਠੀਕ ਹੈ, ਗਰਮੀ ਦੇ ਵਿੱਚ ਇਹ ਜਿੰਨੇ ਵੀ ਆਣੇ ਆ ਬੰਦੇ, ਜਿਹੜੇ ਕੰਨ ਟੁੱਟੇ, ਜਿਹੜੇ ਬੱਤੀ ਵਾਲਾ ਨਾਂ ਖਤਮ ਕਰਨਾ ਚਾਹੁੰਦੇ ਤੇ ਆਪਣੇ ਕਬੂਤਰ ਵੇਚ ਕੇ ਤੇ ਆਪਣਾ ਨਾਂ, ਇਹ ਕੰਮ ਸਹੀ ਨਹੀਂ ਹੈਗਾ। ਮਾਰਕੀਟਿੰਗ ਵਾਲੇ ਆ ਜਿਹੜੇ, ਉਹਨੇ ਮਾਰਕੀਟਿੰਗ ਵਾਲਾ, ਇਹ 2 ਨੰਬਰ ਬੰਦੇ ਦਾ ਕੰਮ ਆ, 8-10 ਬੰਦੇ ਹੁੰਦੇ ਨੇ ਆਪਾਂ ਜੀ, ਬੰਦੇ ਨੂੰ ਗੁੰਮਰਾਹ ਕਰਕੇ। ਬਹੁਤ ਮਜ਼ਾ ਆਇਆ ਯਾਰ ਸ਼ਿੱਧੂ ਦੀਆਂ ਗੱਲਾਂ ਸੁਣ ਕੇ, ਤੇ ਇਨਸ਼ਾਅੱਲਾ ਜਲਦੀ ਕਿਸੇ ਨਵੇਂ ਚੰਗੇ ਖਿਡਾਰੀ ਦੀ ਇੰਟਰਵਿਊ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਵਾਂਗੇ। ਲੇਕਿਨ ਐਦਾਂ ਦੀ ਮਜ਼ੇਦਾਰ ਇੰਟਰਵਿਊ ਮੈਂ ਵੀ ਅੱਜ ਤੱਕ ਕੋਈ ਨਹੀਂ ਕੀਤੀ, ਹਕੀਕਤ ਗੱਲ ਆ, ਤੇ ਸ਼ਿੱਧੂ ਨਾਲ ਗੱਲਾਂ ਕਰਕੇ ਬੜਾ ਮਜ਼ਾ ਆਇਆ। ਜਲਦੀ ਇਨਸ਼ਾਅੱਲਾ ਕਿਸੇ ਨਵੇਂ ਖਿਡਾਰੀ ਦੀ ਇੰਟਰਵਿਊ ਲੈ ਕੇ ਹਾਜ਼ਰ ਹੁੰਦੇ ਹਾਂ। ਸਾਨੂੰ ਸਾਰੇ ਭਰਾਵਾਂ ਨੂੰ ਇਜਾਜ਼ਤ ਦੇ ਜੀ, ਰੱਬ ਰਾਖਾ ਸ਼ਿੱਧੂ।